ਆਮ ਤੌਰ 'ਤੇ ਇੱਕ ਰੁਝਾਨ ਇਹ ਵੀ ਬਣਿਆ ਹੋਇਆ ਵੀ ਜਿਹੜੇ ਪਾਕਿਸਤਾਨ ਜਾਣਗੇ ਤਾਂ ਉਹਨਾਂ ਦੇ ਹੋਰ ਦੇਸ਼ਾਂ ਦੇ ਵੀਜ਼ੇ ਨਹੀਂ ਲੱਗ ਸਕਦੇ। ਆਪਾਂ ਵਕੀਲ ਸਾਹਿਬ ਨੇ, ਸਾਰੇ ਇਹ ਵਕੀਲ ਲੋਕ ਨੇ, ਆਪਾਂ ਇਹਨਾਂ ਤੋਂ ਵੀ ਪੁੱਛ ਲੈਂਦੇ ਹਾਂ ਕਿ ਅਜਿਹੀ ਧਾਰਨਾ ਹੈ ਜਾਂ ਇਹ ਰੌਲਾ ਹੀ ਪਾਇਆ ਗਿਆ ਹੈ। ਇੱਕ ਜਿਹੜਾ ਲੋਕਾਂ ਦੇ ਵਿੱਚ ਵਹਿਮ ਹੈ, ਡਰ ਹੈ, ਸਾਡੇ ਯੂਥ ਦੇ ਵਿੱਚ ਇਹ ਨਹੀਂ, ਅਸੀਂ ਇਹ ਲੀਗਲੀ ਵੈਰੀਫਾਈ ਕੀਤਾ ਬਿਲਕੁਲ, ਡੂ ਟੂ ਰੀਜ਼ਨ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਵੀ ਤੁਹਾਨੂੰ ਹੋਰ ਕੰਟਰੀ ਨੇ, ਯੂਰਪ ਕੰਟਰੀ ਨੇ, ਯੂ ਐੱਸ ਏ ਨੇ, ਕੈਨੇਡਾ ਨੇ ਇਹ ਰਿਫਿਊਜ਼ਲ ਦਿੱਤੀ ਹੋਵੇ ਕਿ ਤੁਸੀਂ ਪਾਕਿਸਤਾਨ ਜਾ ਕੇ ਆਇਓ, ਇੱਦਾਂ ਦੀ ਕੋਈ ਗੱਲ ਨਹੀਂ। ਜੇ ਸਿੱਖ ਨੂੰ ਹੀ ਪੁੱਛੀਏ ਵੀ ਯਾਰ ਪਾਕਿਸਤਾਨ ਜਾਣਾ ਚਾਹੁੰਦੇ ਹਾਂ ਵੀ ਚੱਲ ਜਾਈਏ ਜਾਂ ਕੀ ਕਰੀਏ, ਉਹ ਕਹਿੰਦਾ ਨਾ ਜਾਇਓ ਯਾਰ, ਦੂਜੇ ਦੇਸ਼ਾਂ ਦਾ ਨਹੀਂ ਲੱਗਣਾ ਵੀਜ਼ਾ। ਤੁਸੀਂ ਗੱਲ ਕੀਤੀ ਵੀ ਅਰਦਾਸ ਦੇ ਵਿੱਚ ਅਸੀਂ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਗੁਰ ਵਿਛੜੇ ਗੁਰਧਾਮਾਂ ਦੇ ਮੰਨਦੇ, ਪਰ ਸਿੱਖ ਹੀ ਕਹਿੰਦੇ ਨੇ ਵੀ ਨਾ ਜਾਇਓ ਯਾਰ ਪਾਕਿਸਤਾਨ। ਇਹ ਪੰਜਾਬ ਵੀ ਮੇਰਾ ਏ, ਉਹ ਪੰਜਾਬ ਵੀ ਮੇਰਾ ਏ, ਇਹ ਸਤਲੁਜ ਵੀ ਮੇਰਾ ਏ, ਉਹ ਝਨਾਬ ਵੀ ਮੇਰਾ ਏ, ਸ਼ਾਲਾ ਜਿਸਮ ਮੇਰੇ ਦੇ ਦੋ ਟੁਕੜੇ ਜੋੜ ਦਿਓ, ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ। ਪਾਕਿਸਤਾਨ ਦੇ ਲੋਕ ਅਮਰੀਕਾ ਕੈਨੇਡਾ ਦੇ ਵਿੱਚ ਨਹੀਂ ਬੈਠੇ, ਲਗਭਗ 46 ਤੋਂ 47 ਲੱਖ ਲੋਕ ਜੀ, ਅਤੇ ਗੱਲ $20 ਦੀ ਹੈ। ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ, ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅੰਮ੍ਰਿਤਸਰ, ਰਸਤੇ ਦੇ ਵਿੱਚ 4-5 ਟੋਲ ਪਲਾਜ਼ੇ ਪੈਂਦੇ ਨੇ, ਲਗਭਗ ਜੇ ਤੁਸੀਂ ਆਪਣੀ ਗੱਡੀ ਜਾਂ ਆਪਣਾ ਵਹੀਕਲ ਲੈ ਕੇ ਜਾਂਦੇ ਹੋ ਤਾਂ ਉੱਥੇ ਤੁਹਾਨੂੰ 500-700 ਰੁਪਈਆ ਇੱਕ ਬੰਦੇ ਦੀ ਜੇਬ 'ਚੋਂ ਚਲਾ ਜਾਂਦਾ ਸਿਰਫ ਦਰਬਾਰ ਸਾਹਿਬ ਦੇ ਮੱਥਾ ਟੇਕਣ ਦਰਸ਼ਨਾਂ ਵਾਸਤੇ, ਉਹ ਜਜੀਆ ਨਹੀਂ। ਪਰ $20 ਦੇਣ ਦੇ ਉੱਤੇ ਜਿਹੜੇ ਲੋਕ ਕਿੰਤੂ ਪ੍ਰੰਤੂ ਕਰ ਰਹੇ ਨੇ, ਮੈਂ ਉਹਨਾਂ ਨੂੰ ਪੁੱਛਾਂਗਾ, ਜਦੋਂ ਤੁਹਾਡੇ ਘਰ ਬੱਚਾ ਜਨਮ ਲੈਂਦਾ ਹੈ, ਕੋਈ ਖੁਸ਼ੀ ਆਉਂਦੀ ਹੈ, ਫਿਰ ਤੁਸੀਂ ਪਾਰਟੀਆਂ ਦੇ ਵਿੱਚ ਲੱਖਾਂ ਰੁਪਇਆ ਸ਼ਰਾਬਾਂ 'ਤੇ ਰੋੜ ਦਿੰਦੇ ਹੋ, ਯਾਰ ਬਾਬਾ ਨਾਨਕ ਦੇ ਦਰਸ਼ਨਾਂ ਦੇ ਲਈ ਤੁਸੀਂ ਜਾ ਰਹੇ ਹੋ, ਤੁਹਾਨੂੰ $20 ਖਰਚਣ ਦੇ ਲਈ ਅਗਰ ਇੱਥੇ ਤਕਲੀਫ ਹੁੰਦੀ ਹੈ ਤਾਂ ਇਸ ਤੋਂ ਵੱਧ ਲਾਣਤ ਵਾਲੀ ਗੱਲ ਨਹੀਂ ਹੋ ਸਕਦੀ। ਇਹ ਫਸਟ ਸਟੈਂਪ ਹੈ ਪਾਕਿਸਤਾਨ ਦੀ, ਇਸ ਤੋਂ ਇਲਾਵਾ ਇਸ ਪਾਸਪੋਰਟ 'ਚ ਹੋਰ ਕੋਈ ਵੀਜ਼ਾ ਨਹੀਂ ਹੈ, ਫਰੈਸ਼ ਪਾਸਪੋਰਟ ਹੈ ਅਤੇ ਫਸਟ ਟਾਈਮ ਮੈਂ ਟਰੈਵਲ ਕਰ ਰਿਹਾ ਆਊਟ ਆਫ ਕੰਟਰੀ। ਇਹਦਾ ਇਹ ਤਾਂ ਮਤਲਬ ਤਾਂ ਨਹੀਂ ਹੈ ਵੀ ਤੁਸੀਂ ਕਿਤੇ ਹੋਰ ਕੰਟਰੀ ਦੇ ਕੋਸ਼ਿਸ਼ ਕੀਤੀ ਹੋਵੇ, ਨਹੀਂ ਮਿਲਿਆ? ਬਿਲਕੁਲ ਨਹੀਂ, ਮੈਂ ਇਸ ਤੋਂ ਬਾਅਦ ਆਉਂਦੀ ਸਾਰ ਅਸੀਂ ਕਿਸੇ ਨਾ ਕਿਸੇ ਹੋਰ ਕੰਟਰੀ ਦੇ ਵਿੱਚ ਟੂਰਿਸਟ ਵੀਜ਼ੇ ਲਈ ਅਪਲਾਈ ਕਰਨਾ ਅਤੇ ਜਾ ਕੇ ਵੀ ਆਉਣਾ ਵਾਸਤੇ ਲੋਕਾਂ ਨੂੰ, ਫਿਰ ਸਾਨੂੰ ਬੁਲਾ ਵੀ ਦਿਓ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ, ਸ਼੍ਰੋਮਣੀ ਕਮੇਟੀ ਦਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਆਪਣੀਆਂ ਸਟੇਜਾਂ 'ਤੇ ਬੁਲਾਇਆ ਜਾਵੇ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਗੱਲ ਕਰੀਏ, ਉੱਥੇ ਗੱਲ ਰਾਜਨੀਤੀ ਵੀ ਬਹੁਤ ਹੋ ਰਹੀ ਹੈ ਇਸ ਮਾਮਲੇ ਦੇ ਉੱਤੇ, ਕਿਉਂਕਿ ਪਹਿਲਾਂ ਸਟੇਜਾਂ ਦਾ ਰੇਗੜਾ ਬਹੁਤ ਪਿਆ ਅਤੇ ਫਿਰ ਜਦੋਂ ਗੱਲ ਆਉਂਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਜਾਣ ਬਾਰੇ ਸੰਗਤਾਂ ਦੀ, ਤਾਂ ਸੰਗਤਾਂ ਦਾ ਰੁਝਾਨ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਘੱਟ ਦਿਸ ਰਿਹਾ। ਖਾਸ ਤੌਰ 'ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਕਹਿੰਦੇ 100 ਕੁ ਹੀ ਲੋਕ ਜਿਹੜੇ ਹੈਗੇ ਆ ਸ੍ਰੀ ਨਨਕਾਣਾ ਸਾਹਿਬ ਜਾਣ ਦੇ ਲਈ ਤਿਆਰ ਹੋਏ ਨੇ। ਕੀ ਕਾਰਨ ਹੈ? ਅੱਜ ਅਸੀਂ ਸਰਹੰਦ ਹਾਂ ਅਤੇ ਸਰਹੰਦ ਰੇਲਵੇ ਸਟੇਸ਼ਨ ਤੋਂ ਇੱਕ ਜਥਾ ਵਕੀਲ ਹੈਗੇ ਨੇ, ਲੋਕ 5 ਵਕੀਲ, ਇੱਕ ਨਗਰ ਕੀਰਤਨ ਦਿੱਲੀ ਤੋਂ ਜਿਹੜਾ ਚੱਲਿਆ ਹੋਇਆ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅੱਜ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚਣਗੇ ਅਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਰਿਆਂ ਦੇ ਨਾਲ। ਆਮ ਤੌਰ 'ਤੇ ਇੱਕ ਰੁਝਾਨ ਇਹ ਵੀ ਬਣਿਆ ਹੋਇਆ ਵੀ ਜਿਹੜੇ ਪਾਕਿਸਤਾਨ ਜਾਣਗੇ ਤਾਂ ਉਹਨਾਂ ਦੇ ਹੋਰ ਦੇਸ਼ਾਂ ਦੇ ਵੀਜ਼ੇ ਨਹੀਂ ਲੱਗ ਸਕਦੇ। ਆਪਾਂ ਵਕੀਲ ਸਾਹਿਬ ਨੇ, ਸਾਰੇ ਇਹ ਵਕੀਲ ਲੋਕ ਨੇ, ਆਪਾਂ ਇਹਨਾਂ ਤੋਂ ਵੀ ਪੁੱਛ ਲੈਂਦੇ ਹਾਂ ਕਿ ਅਜਿਹੀ ਧਾਰਨਾ ਹੈ ਜਾਂ ਇਹ ਰੌਲਾ ਹੀ ਪਾਇਆ ਗਿਆ ਹੈ। ਸਭ ਤੋਂ ਪਹਿਲਾਂ ਜੀ ਪੰਜਾਬੀ ਲੋਕ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਧੰਨਵਾਦ ਜੀ। ਧੰਨਵਾਦ। ਐਡਵੋਕੇਟ ਸਾਹਿਬ ਨਾਮ ਦੱਸ ਦਿਓ ਜੀ ਆਪਣਾ। ਮੇਰਾ ਨਾਮ ਹੈ ਜੀ ਗਗਨਦੀਪ ਸਿੰਘ ਗੁਰਾਇਆ, ਮੈਂ ਇੱਥੇ ਡਿਸਟ੍ਰਿਕਟ ਕੋਰਟ ਫਤਿਹਗੜ੍ਹ ਸਾਹਿਬ ਦੇ ਵਿੱਚ ਪ੍ਰੈਕਟਿਸ ਕਰਦਾ ਜੀ। ਜੀ। ਅਤੇ ਨਾਲ ਦੀ ਨਾਲ ਕੁਛ ਜੋ ਪੰਥਕ ਮਸਲੇ ਭਾਵੇਂ ਸਮਾਜਿਕ ਮਸਲੇ ਹੋਣ ਉਹਨਾਂ ਦੇ ਉੱਪਰ ਬੇਬਾਕ ਲਿਖਣ ਦਾ, ਬੋਲਣ ਦਾ ਜੀ, ਕੁਛ ਨਾ ਕੁਛ ਜਿੰਨਾ ਕੁ ਗੁਰੂ ਮਹਾਰਾਜ ਸੇਵਾ ਲੈਂਦੇ ਨੇ ਉਹ ਨਿਭਾਈ ਜਾਈਦੀ ਹੈ।
ਅਤੇ ਅੱਜ ਮੇਰੇ ਨਾਲ ਅਸੀਂ 5-6 ਐਡਵੋਕੇਟ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਕਿ ਚੰਗੇ ਡਿਗਨੇਟਰੀਸ ਚੰਗੇ ਅਹੁਦਿਆਂ 'ਤੇ ਰਹੇ ਨੇ, ਕੋਈ ਵਾਈਸ ਪ੍ਰੈਜ਼ੀਡੈਂਟ, ਸੈਕਰੇਟਰੀ, ਅਲੱਗ ਅਲੱਗ ਅਹੁਦਿਆਂ ਦੇ ਉੱਪਰ ਇਹਨਾਂ ਨੇ ਕੰਮ ਕਰਿਆ ਸਾਡੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ, ਇੱਕ ਡੈਲੀਗੇਟ ਦੇ ਤੌਰ 'ਤੇ ਇੱਕ ਜਾ ਰਹੇ ਹਾਂ ਸਾਰੇ ਜਣੇ ਇਕੱਠੇ ਹੋ ਕੇ ਪਾਕਿਸਤਾਨ ਦੀ ਯਾਤਰਾ 'ਤੇ ਜੀ। ਅਤੇ ਬੜੀ ਖੁਸ਼ੀ ਦੀ ਗੱਲ ਹੈ, ਜੇ ਮੈਂ ਗੱਲ ਕਰਾਂ ਕਿ ਮੈਨੂੰ ਲੱਗਦਾ ਸਾਡੇ ਲਈ ਜੇ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ, ਕਿਉਂਕਿ ਪਹਿਲੀ ਵਾਰੀ ਅਸੀਂ ਸਾਰੇ ਜਾ ਰਹੇ ਹਾਂ। ਪਾਸਪੋਰਟ ਵੀ ਪਹਿਲੀ ਵਾਰ ਤੁਹਾਡੇ ਥੱਪਾ ਲੱਗ ਰਿਹਾ ਜੀ? ਲਗਭਗ ਜੀ, ਲਗਭਗ ਸਾਰਿਆਂ। ਕੀ ਤੁਸੀਂ ਬਾਕੀ ਦੇਸ਼ਾਂ ਦੇ ਵਿੱਚ ਨਹੀਂ ਜਾਣਾ ਜੀ ਫਿਰ? ਨਹੀਂ, ਬਿਲਕੁਲ ਜਾਣਾ ਜੀ। ਦੇਖੋ ਮੈਂ ਤਾਂ ਕਹਿੰਦੇ ਪਾਕਿਸਤਾਨ ਨਾਲ ਜਾ ਨਹੀਂ ਸਕਦਾ ਜੀ। ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਤੁਹਾਨੂੰ ਥੋੜ੍ਹੀ ਜਿਹੀ ਜਿਵੇਂ ਭੂਮਿਕਾ ਬੰਨਣੀ ਚਾਹਾਂ, ਕਿਉਂਕਿ ਹਰ ਗੁਰਸਿੱਖ ਆਪਣੇ ਨਿੱਤ ਪ੍ਰਤੀ ਦੀ ਅਰਦਾਸ ਦੇ ਵਿੱਚ ਇੱਕ ਗੱਲ ਜ਼ਰੂਰ ਕਰਦਾ, ਸਾਡੇ ਜੋ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਜਿਹੜੀ ਅਰਦਾਸ ਲਿਖੀ ਆ, ਉਹਦੇ ਵਿੱਚ 1947 ਦੇ ਵਿੱਚ ਜਦੋਂ ਬਟਵਾਰਾ ਹੋਇਆ, ਵੰਡ ਹੋਈ, ਇਹ ਪੰਜਾਬ, ਮੈਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਦੀ ਵੰਡ ਹੋਈ ਸੀ, ਇਹ ਕਿਸੇ ਦੇਸ਼ ਦੀ ਵੰਡ ਨਹੀਂ ਹੋਈ, ਇਹ ਜਜ਼ਬਾਤਾਂ ਦੀ ਵੰਡ ਹੋਈ ਹੈ, ਸਾਡੇ ਇੱਕ ਇਮੋਸ਼ਨਸ ਦੀ ਵੰਡ ਹੋਈ ਹੈ। ਇੱਕ ਪੰਜਾਬ ਵੰਡਿਆ ਗਿਆ, ਪੰਜਾਬ ਦੇ ਵਿੱਚ ਲੀਗ ਖਿੱਚੀ ਗਈ ਹੈ, ਅੱਧਾ ਪੰਜਾਬ, ਇੱਕ ਚੜ੍ਹਦਾ ਪੰਜਾਬ ਅਸੀਂ ਬੈਠੇ ਹਾਂ, ਲਹਿੰਦਾ ਪੰਜਾਬ ਸਾਡਾ, ਉਹ ਵੀ ਭਰਾ ਹੈ, ਕਿਉਂਕਿ ਇਹ ਪੰਜਾਬ ਵੀ ਮੇਰਾ ਹੈ, ਉਹ ਪੰਜਾਬ ਵੀ ਮੇਰਾ ਹੈ, ਇਹ ਸਤਲੁਜ ਵੀ ਮੇਰਾ ਹੈ, ਉਹ ਝਨਾਬ ਵੀ ਮੇਰਾ ਹੈ, ਸ਼ਾਲਾ ਜਿਸਮ ਮੇਰੇ ਦੇ ਦੋ ਟੁਕੜੇ ਜੋੜ ਦਿਓ, ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ। ਅਤੇ ਕਿਉਂਕਿ ਉਸ ਤੋਂ 10 ਲੱਖ ਦਾ ਕਤਲੇਆਮ ਹੋਇਆ ਸੀ 1947 ਦੇ ਵਿੱਚ, ਜਿਹੜਾ ਕਿ ਮਨੁੱਖਤਾ ਦੇ ਉੱਪਰ, ਇੱਕ ਸਿਵਲਾਈਜ਼ ਸੁਸਾਇਟੀ ਦੇ ਉੱਪਰ ਬੜਾ ਵੱਡਾ ਘਾਣ ਹੈ ਇਹ। ਉਸ ਤੋਂ ਬਾਅਦ ਅੱਜ ਲਗਭਗ 75 ਸਾਲ ਹੋਣ ਲੱਗੇ ਨੇ, ਅਤੇ ਸਾਡੇ ਜਿੱਥੋਂ ਸਿੱਖੀ ਦਾ ਬੀਜ ਲੱਗਿਆ, ਸਿੱਖੀ ਜਿੱਥੋਂ ਪੁੰਗਰੀ ਹੈ, ਸ਼੍ਰੀ ਨਨਕਾਣਾ ਸਾਹਿਬ, ਜਿੱਥੇ ਬਾਬੇ ਨਾਨਕ ਨੇ ਜਨਮ ਲਿਆ। ਬਾਬਾ ਨਾਨਕ ਨਾ ਕੇਵਲ ਸਿੱਖਾਂ ਦਾ, ਇਹ ਬਲਕਿ ਪੂਰੀ ਮਨੁੱਖਤਾ ਦਾ ਗੁਰੂ ਹੈ, ਪੂਰੀ ਮਨੁੱਖਤਾ ਰਹਿਬਰ ਹੈ, ਜਿਹਦੇ ਵਾਸਤੇ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਆਪ ਨਾਰਾਇਣ ਕਲਾਧਾਰ ਜਗਮੇ ਪਰਵਰਿਓ। ਕਿਉਂਕਿ ਉਸਨੂੰ ਮੁਸਲਮਾਨ ਵੀ ਆਪਣਾ ਪੀਰ ਮੰਨਦੇ ਨੇ, ਹਿੰਦੂ ਆਪਣਾ ਗੁਰੂ ਮੰਨਦੇ ਨੇ, ਸਿੱਖਾਂ ਦੀ ਤਾਂ ਹੈ ਹੀ ਸਭ ਤੋਂ ਪਹਿਲਾਂ ਜਿਹਨੇ ਸਿੱਖੀ ਦਾ ਬੂਟਾ ਲਾਇਆ ਬਾਬੇ ਨਾਨਕ ਨੇ। ਉਹਨਾਂ ਦਾ ਕਿਸਮਤ ਵਾਲੇ ਹਾਂ ਅਸੀਂ, ਭਾਗਾਂ ਵਾਲੇ ਹਾਂ ਕਿ 550 ਸਾਲਾਂ ਮਨਾਉਣ ਜਾ ਰਹੇ ਹਾਂ ਅਸੀਂ। ਠੀਕ ਹੈ, ਇੱਕ ਮੈਂ ਵਿੱਚ ਰੋਕ ਰਿਹਾ, ਮਾਫ਼ ਕਰਨਾ, ਜੇ ਸਿੱਖ ਨੂੰ ਹੀ ਪੁੱਛੀਏ ਵੀ ਯਾਰ ਪਾਕਿਸਤਾਨ ਜਾਣਾ ਚਾਹੁੰਦੇ ਹਾਂ ਵੀ ਚੱਲ ਜਾਈਏ ਜਾਂ ਕੀ ਕਰੀਏ, ਉਹ ਕਹਿੰਦਾ ਨਾ ਜਾਇਓ ਯਾਰ, ਦੂਜੇ ਦੇਸ਼ਾਂ ਦਾ ਨਹੀਂ ਲੱਗਣਾ ਵੀਜ਼ਾ। ਤੁਸੀਂ ਗੱਲ ਕੀਤੀ ਵੀ ਅਰਦਾਸ ਦੇ ਵਿੱਚ ਅਸੀਂ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ, ਵਿਛੜੇ ਗੁਰਧਾਮਾਂ ਦੇ ਮੰਨਦੇ, ਪਰ ਸਿੱਖ ਹੀ ਕਹਿੰਦੇ ਨੇ ਵੀ ਨਾ ਜਾਇਓ ਯਾਰ ਪਾਕਿਸਤਾਨ। ਮੈਂ ਦੱਸਦਾ ਬਾਈ ਜੀ, ਗੱਲ ਇੱਦਾਂ ਹੈ, ਕਿਉਂਕਿ ਅੱਜ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਜਾਂ ਗੁਰੂ ਨਾਨਕ ਨਾਮ ਲੇਵਾ, ਭਾਵੇਂ ਉਹ ਕਿਸੇ ਧਰਮ, ਜ਼ਾਤ, ਮਜ਼ਹਬ ਦਾ ਹੈਗਾ, ਭਾਵੇਂ ਉਹ ਜਿਹੜਾ ਵੀ ਅਰਦਾਸ ਕਰਦਾ ਬੈਠ, ਭਾਵੇਂ ਉਹ ਸਾਡੇ ਸਿੰਧੀ ਵੀਰ ਨੇ, ਭਾਵੇਂ ਸਾਊਥ ਨੂੰ ਬਿਲੋਂਗ ਕਰਦੇ ਨੇ, ਹਰੇਕ ਵਿੱਚ ਅਰਦਾਸ ਦੇ ਵਿੱਚ ਗੱਲ ਕਰਦਾ ਕਿ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲ੍ਹੇ ਦਰਸ਼ਨ, ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਅਸੀਂ ਕੇਵਲ ਅਰਦਾਸਾਂ ਕਰਨ ਜੋਗੇ ਹੀ ਹਾਂ, ਸਾਡਾ ਗੁਰੂ 'ਤੇ ਆਸਥਾ ਤਾਂ ਕੋਈ ਨਹੀਂ ਹੋਈ, ਵਿਸ਼ਵਾਸ ਕੋਈ ਨਹੀਂ ਹੋਇਆ, ਖੜ੍ਹੇ ਹੋਏ, ਹੱਥ ਜੋੜੇ ਅਰਦਾਸ ਕਰ ਲਈ। ਅਤੇ ਜੇ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਉਹ ਅਰਦਾਸ ਸੰਪੂਰਨ ਹੋਣ ਜਾ ਰਹੀ ਹੈ, ਤੁਹਾਨੂੰ ਮੌਕਾ ਮਿਲ ਰਿਹਾ, ਅੱਜ ਮੈਂ ਵਧਾਈ ਦੇਣਾ, ਧੰਨਵਾਦੀ ਹਾਂ ਇਮਰਾਨ ਖਾਨ ਦਾ, ਜੋ ਵਜ਼ੀਰ ਆਜ਼ਮ ਨੇ ਪਾਕਿਸਤਾਨ ਦੇ, ਜਿਨ੍ਹਾਂ ਨੇ 10,000 ਵੀਜ਼ਾ ਇੰਡੀਅਨ ਵਾਸਤੇ ਖੋਲ੍ਹਿਆ, ਭਾਰਤੀਆਂ ਵਾਸਤੇ, ਬਾਕੀ ਵਰਲਡ ਦੇ ਵਿੱਚ ਤਾਂ ਪਤਾ ਨਹੀਂ ਕਿੰਨਾ ਕੁ ਵੀਜ਼ਾ ਦੇਣਾ, ਕਿਉਂਕਿ 550 ਸਾਲਾਂ ਸਾਡੇ ਲਈ ਬੜਾ ਮੁਕੱਦਸ ਸਮਾਂ ਹੈ। ਅਤੇ ਜੇ ਅੱਜ ਅਰਦਾਸ ਸਾਡੀ ਪੂਰੀ ਹੋਣ ਜਾ ਰਹੀ, ਅਸੀਂ ਸੋਚਿਆ ਜ਼ਿੰਦਗੀ ਦੇ ਵਿੱਚ ਅਰਦਾਸਾਂ ਕਰਦੇ ਰਹਿ ਜਾਂਗੇ, ਅਰਦਾਸ ਅੱਜ ਪੂਰੀ ਹੋਣ ਜਾ ਰਹੀ ਹੈ, ਅਤੇ ਕਿਉਂ ਨਹੀਂ ਸੀ ਪੂਰੀ ਕਰਦੇ? ਅਤੇ ਦੂਜੀ ਗੱਲ ਤੁਸੀਂ ਕਰੀਏ ਵੀ ਇਹ ਇੱਕ ਵਹਿਮ ਹੈ, ਅਤੇ ਜੇ ਮੈਂ ਗੱਲ ਕਰਾਂ ਕੁਛ ਭਾਵੇਂ ਏਜੰਸੀਆਂ ਦਾ ਕਹਿ ਲਓ ਜਾਂ ਕੁਛ ਮਾੜੇ ਅੰਸਰਾਂ ਦੀ, ਮੈਂ ਕਾਨੂੰਨ ਰਾਏ ਚਾਹਾਂਗਾ ਤੁਹਾਡੀ। ਬਿਲਕੁਲ ਬਿਲਕੁਲ, ਜੀ ਮੈਂ ਦੱਸਦਾ ਕੁਛ ਮਾੜੇ ਅੰਸਰਾਂ ਦੀ। ਕਈ ਵਾਰੀ ਕੀ ਹੁੰਦਾ ਨਾ, ਤੁਸੀਂ ਝੂਠ ਨੂੰ 10 ਵਾਰੀ ਜਾਂ 100 ਵਾਰੀ ਬੋਲ ਪਓ, ਉਹ ਸੱਚ ਲੱਗਣ ਲੱਗ ਜਾਂਦਾ। ਕਿਸ ਤਰੀਕੇ ਨਾਲ? ਕਿਤੇ ਆਮ ਝੂਠ ਬੋਲੋ, 10 ਵਾਰੀ 100 ਵਾਰੀ ਬੋਲੋਗੇ, ਸੱਚ ਲੱਗਣ ਲੱਗ ਜਾਏਗਾ। ਇਹ ਐਸੀ ਇੱਕ ਅਫਵਾਹ ਫੈਲਾ ਦਿੱਤੀ ਗਈ ਤਾਂ ਕਿ ਸਿੱਖ ਆਪਣੇ ਗੁਰਧਾਮਾਂ ਨਾਲ ਨਾ ਜੁੜ ਸਕਣ, ਤਾਂ ਕਿ ਸਿੱਖ ਪੰਜਾ ਸਾਹਿਬ, ਨਨਕਾਣਾ ਸਾਹਿਬ, ਡੇਰਾ ਸਾਹਿਬ, ਸਾਡੀ ਤਾਂ ਸਿੱਖੀ ਉੱਥੇ ਪਣਪੀ ਆ, ਸਾਡੇ ਤਾਂ ਸਿੰਘ ਉੱਥੇ, ਸਿੰਘ ਸਿੰਘਣੀਆਂ ਜਿਨ੍ਹਾਂ ਨੇ ਸ਼ਹੀਦ ਹੋਏ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ, ਡੇਰਾ ਸਾਹਿਬ ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋਈ, ਨਨਕਾਣਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਅਤੇ ਪੰਜਾ ਸਾਹਿਬ, ਮਤਲਬ ਸਾਰੇ ਗੁਰਧਾਮ ਜੇ ਕਹੋ ਵੀ ਸਿੱਖੀ ਦਾ ਤਾਂ ਮੱਕਾ ਹੈ ਉੱਥੇ, ਅਤੇ ਜੇ ਅਸੀਂ ਉੱਥੇ ਨਾ ਜੁੜ ਸਕੇ ਸਾਡਾ ਕੀ ਫਾਇਦਾ ਜ਼ਿੰਦਗੀ ਦੇ ਵਿੱਚ ਆਇਆਂ ਦਾ, ਸਾਡਾ ਮਨੁੱਖਾ ਜਨਮ ਦੇ ਜਾਂ ਸਿੱਖ ਧਰਮ ਦੇ ਘਰ ਜਨਮ ਲਿਆ ਦਾ ਸਾਡਾ ਫਾਇਦਾ ਕੀ ਹੈ? ਅਤੇ ਇਹ ਜਾਣ ਬੁੱਝ ਕੇ ਅਫਵਾਹਾਂ ਫੈਲਾਈਆਂ ਗਈਆਂ ਕਿ ਤਾਂ ਕਿ ਗੁਰਧਾਮਾਂ ਦੇ ਨਾਲ ਨਾ ਨੌਜਵਾਨ ਜੁੜ ਸਕੇ। ਕਿਉਂਕਿ ਗੱਲ ਕੀ ਹੈ, ਸਾਡੇ ਪੰਜਾਬ ਕੌਣ ਨੇ ਜੀ ਅਫਵਾਹ ਫੈਲਾਉਣ ਵਾਲੇ? ਦੇਖੋ ਸ਼੍ਰੋਮਣੀ ਕਮੇਟੀ ਨੇ ਕੋਈ ਪ੍ਰਚਾਰ ਨਹੀਂ ਕੀਤਾ, ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਜੀ। ਦੇਖੋ ਏਜੰਸੀਆਂ ਇਹ ਕੰਮ ਕਰਦੀਆਂ ਜੀ, ਜਿਹੜਾ ਜਿਨ੍ਹਾਂ ਨੂੰ ਜਿਹੜਾ ਵੰਡਣਾ ਚਾਹੁੰਦੀਆਂ। ਮੈਂ ਗੱਲ ਕਰਦਾ ਏਜੰਸੀਆਂ, ਇਹ ਨਹੀਂ ਵੀ ਕਿਸੇ ਇੱਕ ਜ਼ਾਤ ਜਾਂ ਧਰਮ ਦੇ ਵਿੱਚ ਹੁੰਦੀਆਂ, ਏਜੰਸੀਆਂ ਬੜੇ ਵੱਡੇ ਲੈਵਲ 'ਤੇ। 47 'ਚ ਕੀ ਹੋਇਆ? 47 ਦੇ ਵਿੱਚ ਸਰਕਾਰਾਂ ਨੇ ਗੇਮ ਖੇਡੀ, ਕਤਲੇਆਮ ਕਿੱਦਾਂ ਹੋਇਆ ਆਮ ਮਨੁੱਖ ਦਾ? 10 ਲੱਖ, ਭਾਵੇਂ ਉਹ ਮੁਸਲਮਾਨ ਸੀ, ਭਾਵੇਂ ਸਿੱਖ ਸੀ, ਭਾਵੇਂ ਹਿੰਦੂ ਸੀ, ਕਤਲੇਆਮ ਤਾਂ ਆਮ ਜਨਤਾ ਦਾ ਹੋਇਆ। ਅੱਜ ਆਵਾਮ ਚਾਹੁੰਦਾ ਅਸੀਂ ਇਕੱਠੇ ਹੋਈਏ, ਆਮ ਜਨਤਾ ਚਾਹੁੰਦੀ
ਸੰਗਤ ਚਾਹੁੰਦੀ ਅਸੀਂ ਇਕੱਠੇ ਹੋਈਏ, ਅਸੀਂ ਪਾਕਿਸਤਾਨ ਜਾਈਏ, ਪਾਕਿਸਤਾਨ ਵਾਲੇ ਇੱਧਰ ਆਉਣ। ਅਸੀਂ ਚਾਹੁੰਦੇ ਹਾਂ ਜੇ ਉਹਨਾਂ ਦੇ ਅਸੀਂ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦੇ ਹਾਂ, ਇੱਥੇ ਪਵਿੱਤਰ ਧਰਤੀ ਹੈ, ਦਰਗਾਹ ਹੈ, ਰੋਜ਼ਾ ਸ਼ਰੀਫ ਹੈ, ਉਹ ਇੱਧਰ ਆਉਣ ਜ਼ਿਆਰਤ ਕਰਨ। ਅਸੀਂ ਉੱਧਰ ਜਾ ਰਹੇ ਹਾਂ, ਹਿੰਦੂ ਵੀਰਾਂ ਦਾ ਹੈਗਾ ਕਟਾਸ ਰਾਜ ਹੈ ਉੱਧਰ, ਉਹ ਉੱਧਰ ਜਾਣ ਯਾਤਰਾ ਕਰਨ। ਦੇਖੋ ਸੰਗਤ ਚਾਹੁੰਦੀ ਹੈ, ਉਹਨਾਂ ਦਿਲ ਕਰਦਾ ਵੀ ਅਸੀਂ ਆਪਸ ਦੇ ਵਿੱਚ ਇਕੱਠੇ ਹੋਈਏ, ਸਾਡੀ ਸਾਂਝ ਪਵੇ। ਪਰ ਜਾਣ ਬੁੱਝ ਕੇ ਜਦੋਂ ਅਫਵਾਹਾਂ ਫੈਲਾ ਦਿੱਤੀਆਂ ਜਾਂਦੀਆਂ, ਅਫਵਾਹਾਂ ਕੀ ਕਰਦੀਆਂ, ਉਹਦੇ ਵਿੱਚ ਕਹਿ ਦਿੱਤਾ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਕਿ ਪੰਜਾਬ ਦਾ ਯੂਥ ਨੌਜਵਾਨ ਅਕਸਰ ਵਿਦੇਸ਼ੀ ਕੰਟਰੀਆਂ ਦੇ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦਾ, ਭਾਵੇਂ ਉਹ ਕੈਨੇਡਾ, ਭਾਵੇਂ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਯੂਰਪ ਕੰਟਰੀਆਂ ਨੇ, ਉਹਦੇ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦਾ। ਇਹਨਾਂ ਨੇ ਕਹਿ ਦਿੱਤਾ ਵੀ ਕੇਵਲ ਇਹ ਗੁਰਧਾਮਾਂ ਨਾਲ ਨਾ ਜੁੜ ਸਕਣ, ਆਪਣੇ ਧੁਰੇ ਨਾਲ ਨਾ ਜੁੜ ਸਕਣ, ਕੁਛ ਗਲਤ ਏਜੰਸੀਆਂ ਵੱਲੋਂ, ਕੁਛ ਗਲਤ ਅਨਸਰਾਂ ਵੱਲੋਂ ਇਹ ਸਾਜ਼ਿਸ਼ਾਂ ਤਹਿਤ ਇਹ ਫੈਲਾਈਆਂ ਗਈਆਂ ਤਾਂ ਕਿ ਸਿੱਖ ਆਪਣੇ ਗੁਰਧਾਮਾਂ ਨਾਲ ਨਾ ਜੁੜੇ। ਅਤੇ ਪਾਕਿਸਤਾਨ ਦੇ ਲੋਕ ਅਮੈਰੀਕਾ ਕੈਨੇਡਾ ਦੇ ਵਿੱਚ ਨਹੀਂ ਬੈਠੇ? ਲਗਭਗ 46 to 47 lakh ਲੋਕ ਜੀ ਯੂਰਪੀਅਨ ਕੰਟਰੀਆਂ 'ਚ, ਆਸਟ੍ਰੇਲੀਆ, ਕੈਨੇਡਾ, ਅਮੈਰੀਕਾ ਦੇ ਵਿੱਚ ਪੀ ਆਰ ਲਈ ਬੈਠੇ ਨੇ ਜੀ, ਸਿਟੀਜ਼ਨਸ਼ਿਪ ਲਈ ਹੋਈ ਆ ਉਹਨਾਂ ਨੇ, 46 to 47 lakh ਦੇ ਤਕਰੀਬ, ਉਹ ਕਿਵੇਂ ਬੈਠੇ ਨੇ? ਜੇ ਕੀ ਗੱਲ ਕਦੇ ਇਹ ਕਦੇ ਸੁਣਿਆ ਤੁਸੀਂ ਵੀ ਕਿਸੇ ਵੀ ਲਗਭਗ 200 ਤੋਂ ਉੱਪਰ ਕੰਟਰੀਆਂ ਵੀ ਕੋਈ ਸਾਰੀ ਕੰਟਰੀ ਉਹ ਮਾੜੀ ਹੋਵੇ? ਕੋਈ ਦੇਸ਼ ਨਹੀਂ ਮਾੜਾ ਹੁੰਦਾ, ਕੁਝ ਅਨਸਰ ਕੁਝ ਮਾੜੇ ਹੋ ਸਕਦੇ ਨੇ, ਉਹ ਇਸ ਦੇਸ਼ ਵਿੱਚ ਹਿੰਦੁਸਤਾਨ 'ਚ ਵੀ ਨੇ, ਉਹ ਪਾਕਿਸਤਾਨ 'ਚ ਵੀ ਹੋ ਸਕਦੇ ਨੇ, ਅਫਗਾਨਿਸਤਾਨ 'ਚ ਵੀ ਹੋ ਸਕਦੇ ਨੇ, ਅਮਰੀਕਾ 'ਚ ਵੀ ਹੋ ਸਕਦੇ ਨੇ, ਕੈਨੇਡਾ 'ਚ ਵੀ ਹੋ ਸਕਦੇ ਨੇ, ਹਰੇਕ ਕਿਸੇ ਦੇਸ਼ ਖਿੱਤੇ ਵਿੱਚ ਹੋ ਸਕਦੇ ਨੇ। ਕਦੇ ਇਹ ਤਾਂ ਗੱਲ ਹੋਈ ਓ ਨਹੀਂ ਹੈਗੀ ਵੀ ਕਿਸੇ ਇੱਕ ਜਗ੍ਹਾ ਹੀ ਕੋਈ ਖਿੱਤੇ ਦੇ ਵਿੱਚ ਕੋਈ ਇੱਦਾਂ ਲੋਕ ਮਾੜੇ ਹੋਣ, ਉਹ ਚਾਹੁੰਦੇ ਨੇ, ਅਸੀਂ ਵੀ ਚਾਹੁੰਦੇ ਹਾਂ ਵੀ ਅਸੀਂ ਜਾਇਆ ਜਾਵੇ, ਪਰ ਜਾਣ ਬੁੱਝ ਕੇ ਉਹ ਦਿਲ ਖੋਲ੍ਹ ਕੇ ਵੀਜ਼ੇ ਦੇ ਰਹੇ ਨੇ ਵੀ ਜਾਣ ਬੁੱਝ ਕੇ ਗੱਲ ਫੈਲਾ ਦਿਓ ਕਿਉਂਕਿ ਯੂਥ ਜਾਣਾ ਚਾਹੁੰਦਾ ਬਾਹਰ ਵੀ ਜੇ ਸਟੈਂਪ ਲਾਗੀ ਜੀ ਨਹੀਂ ਲੱਗਣੀ। ਮੈਨੂੰ ਇੱਕ ਗੱਲ ਦੱਸੋ, ਕਿਸੇ ਅੱਜ ਤੱਕ, ਮੈਂ ਲੀਗਲੀ ਗੱਲ ਕਰਦਾ, ਕਿਸੇ ਪਾਸਪੋਰਟ ਦੇ ਉੱਪਰ ਕਿਸੇ ਅੰਬੈਸੀ ਨੇ ਇਹ ਗੱਲ ਲਿਖੀ ਹੋਵੇ ਵੀ ਇਹ ਬੰਦਾ ਸਪੈਸੀਫਿਕਲੀ ਇਸ ਕੰਟਰੀ ਦੇ ਵਿੱਚ ਜਾ ਚੁੱਕਿਆ, ਭਾਵੇਂ ਪਾਕਿਸਤਾਨ ਹੈ ਜਾਂ ਕਿਸੇ ਹੋਰ ਕੰਟਰੀ, ਉੱਥੇ ਜਾ ਚੁੱਕਿਆ ਕਿ ਇਹਨੂੰ ਅਸੀਂ ਵੀਜ਼ਾ ਨਹੀਂ ਦੇਣਾ? ਅੱਜ ਤੱਕ ਕੋਈ ਇੱਕ ਸਿੰਗਲ ਪਾਸਪੋਰਟ ਕਿਸੇ ਕੰਟਰੀ ਦਾ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰ ਦਿਓ ਕਾਨੂੰਨੀ ਤੌਰ 'ਤੇ ਵੀ ਇਹ ਬੰਦਾ ਉੱਥੇ ਜਾ ਚੁੱਕਿਆ ਫਲਾਣੀ ਕੰਟਰੀ ਵਿੱਚ, ਇਸ ਕਰਕੇ ਵੀਜ਼ਾ ਨਹੀਂ ਦੇ ਰਹੇ ਹੈਗੇ, ਕਦੇ ਹੈ ਹੀ ਨਹੀਂ ਹੈਗਾ ਬਿਲਕੁਲ। ਨਾ ਤਾਂ ਜੋ ਐਕਟ ਬਣਿਆ ਉਹਦੇ ਵਿੱਚ ਕਿਤੇ ਲਿਖਿਆ, ਨਾ ਹੀ ਇਹ ਕਿਸੇ ਅੰਬੈਸੀ ਦੇ ਰੂਲ ਨੇ, ਨਾ ਹੀ ਇਹ ਕਿਸੇ ਸੰਵਿਧਾਨਕ ਤੌਰ 'ਤੇ ਲਿਖਿਆ, ਬਿਲਕੁਲ ਗਲਤ ਹੈ, ਕਾਨੂੰਨੀ ਤੌਰ 'ਤੇ ਗਲਤ ਹੈ, ਇਖਲਾਕੀ ਤੌਰ 'ਤੇ ਗਲਤ ਹੈ, ਸਮਾਜਿਕ ਤੌਰ 'ਤੇ ਗਲਤ ਹੈ, ਇਹ ਬਿਲਕੁਲ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਕਿਉਂਕਿ ਤੁਸੀਂ ਜਾਵੋਗੇ ਉੱਥੇ ਆਪਸ 'ਚ ਪਿਆਰ ਵਧੇਗਾ, ਅਸੀਂ ਚਾਹੁੰਦੇ ਹਾਂ ਸਰਕਾਰਾਂ ਜਾਂ ਕੁਛ ਹੋਰ ਚਾਹੁੰਦੇ ਨੇ ਕੜੱਤਣ ਵਧੇ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ, ਸਭ ਤੋਂ ਪਹਿਲਾਂ ਧੰਨਵਾਦ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ, ਕਿਉਂਕਿ ਜਥੇਦਾਰ ਕੁਲਦੀਪ ਸਿੰਘ ਵਡਾਲਾ ਜਿਨ੍ਹਾਂ ਨੇ ਅਰਦਾਸਾਂ ਕਰੀਆਂ ਜਾ ਕੇ ਉੱਥੇ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ, ਅੱਜ ਉਹ ਲਾਂਘਾ ਖੁੱਲ੍ਹਿਆ, ਉਹਦਾ ਉਦਘਾਟਨ ਹੋਣ ਜਾ ਰਿਹਾ 9 ਤਰੀਕ ਨੂੰ। ਵੱਡਾ ਧੰਨਵਾਦ ਹੈ ਵਜ਼ੀਰ ਆਜ਼ਮ ਇਮਰਾਨ ਖਾਨ ਦਾ, ਜਿਨ੍ਹਾਂ ਨੇ ਸੁਹਿਰਦ ਸੋਚ ਅਪਣਾਈ ਅਤੇ ਲਾਂਘਾ ਖੁੱਲ੍ਹਿਆ। ਉਸ ਤੋਂ ਜ਼ਿਆਦਾ ਧੰਨਵਾਦ ਸਰਦਾਰ ਨਵਜੋਤ ਸਿੰਘ ਸਿੱਧੂ ਦਾ, ਜਿਹਨੇ ਇਨੀਸ਼ੀਏਟਿਵ ਲਿਆ, ਉੱਥੇ ਜਾ ਕੇ ਸ਼ੁਰੂਆਤ ਕੀਤੀ, ਪਹਿਲ ਕੀਤੀ, ਤਾਂ ਇਹ ਲਾਂਘਾ ਖੁੱਲ੍ਹਿਆ। ਫਿਰ ਸਰਕਾਰਾਂ ਦਾ ਮੈਂ ਧੰਨਵਾਦ ਕਰਦਾ, ਭਾਵੇਂ ਉਹ ਹਿੰਦੁਸਤਾਨ ਦੀ ਸਰਕਾਰ ਹੈ, ਭਾਵੇਂ ਉਹ ਪੰਜਾਬ ਸਰਕਾਰ ਹੈ, ਜਿਨ੍ਹਾਂ ਨੇ ਆਪਣਾ ਬਣਦਾ ਫਰਜ਼ ਨਿਭਾਇਆ, ਉੱਥੇ ਜਾ ਕੇ ਇਨਫਰਾਸਟ੍ਰਕਚਰ ਜੋ ਵੀ ਉੱਥੇ ਕਰਿਆ ਜਾ ਕੇ ਸਾਰਾ, ਚੰਗੀ ਗੱਲ ਹੈ, ਲਾਂਘਾ ਖੁੱਲ੍ਹਿਆ, ਅੱਜ ਸਾਰੇ ਸਿੱਖ ਆਪਣੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਜਾ ਕੇ ਦਰਸ਼ਨ ਕਰਨਗੇ ਜੀ। ਇਹ ਬੜੀ ਵੱਡੀ ਗੱਲ ਹੈ, ਮੈਂ ਤਾਂ ਕਹਿੰਦਾ ਵੱਧ ਤੋਂ ਵੱਧ ਵੀਜ਼ੇ ਲੱਗਣੇ ਚਾਹੀਦੇ ਨੇ, ਜਾਣਾ ਚਾਹੀਦਾ, ਇੱਦਾਂ ਦੀ ਕੋਈ ਗੱਲ ਨਹੀਂ। ਬਹੁਤ ਸਾਰੇ ਸਾਡੇ ਸੱਜਣ, ਮੇਰੇ ਸਾਥੀ, ਵਕੀਲ ਸਾਥੀ ਨੇ ਜਿਹੜੇ ਪਹਿਲਾਂ ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਯਾਤਰਾ ਕਰੀ, ਉਸ ਤੋਂ ਬਾਅਦ ਵੱਖ ਵੱਖ ਕੰਟਰੀਆਂ ਦੇ ਵਿੱਚ ਗਏ ਨੇ, ਭਾਵੇਂ ਕੈਨੇਡਾ, ਭਾਵੇਂ ਅਮਰੀਕਾ, ਯੂਰਪੀਅਨ ਕੰਟਰੀਆਂ ਦੇ ਵਿੱਚ ਗਏ ਨੇ। ਕੋਈ ਇੱਦਾਂ ਦੀ ਗੱਲ ਹੈ ਹੀ ਨਹੀਂ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਕਿ ਮੁੜ ਕੇ ਕਿਸੇ ਕੰਟਰੀ ਨਹੀਂ ਜਾ ਸਕਦੇ। ਬਹੁਤ ਸਾਰੀਆਂ ਮੈਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਐਗਜ਼ਾਮਪਲ ਦੇ ਸਕਦਾ। ਇਹ ਤਾਂ ਸਿਰਫ ਅਫਵਾਹਾਂ ਨੇ, ਅਫਵਾਹਾਂ ਨੂੰ ਖੰਡਨ ਮੈਂ ਕਰਦਾ ਜੋ ਨਹੀਂ ਹੋਣੀਆਂ ਚਾਹੀਦੀਆਂ, ਖਾਸ ਕਰਕੇ ਜਿੱਥੇ ਆਸਥਾ ਜੁੜੀ ਹੋਵੇ, ਧਰਮ ਦੇ ਮਾਮਲੇ ਵਿੱਚ ਅਫਵਾਹਾਂ ਇਹੋ ਜਿਹੀਆਂ ਗਲਤ ਨਹੀਂ ਫੈਲਾਉਣੀਆਂ ਚਾਹੀਦੀਆਂ ਜੀ। ਬਿਲਕੁਲ, ਅਫਵਾਹਾਂ ਸਾਨੂੰ ਨਹੀਂ ਫੈਲਾਉਣੀਆਂ ਚਾਹੀਦੀਆਂ। ਅਤੇ 5 ਲੋਕ ਵਕੀਲ ਹੈਗੇ ਨੇ, ਔਰ ਇਹਨਾਂ ਵਕੀਲਾਂ ਦਾ ਜਥਾ ਜਾ ਰਿਹਾ ਪਾਕਿਸਤਾਨ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਪਰ ਵੱਡੀ ਇੱਕ ਅਫਸੋਸ ਵਾਲੀ ਗੱਲ ਇਹ ਹੈ ਵੀ ਕਿ ਅਸੀਂ ਇਹਨਾਂ 5 ਲੋਕਾਂ ਨੂੰ ਸਿੱਖ ਸਮਝ ਲਈਏ, ਕਿ ਜੇ ਪੰਜਾਬ 'ਚੋਂ 100 ਰਲਦੇ ਨੇ ਕਿ 100 ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਮਝੀਏ। ਜਿਹੜੇ ਲੋਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਨੂੰ ਧੂਮਧਾਮ ਨਾਲ ਮਨਾਉਣ ਦੀ ਗੱਲ ਕਰ ਰਹੇ ਨੇ, ਉਹ ਲੋਕ ਕਿੱਥੇ ਨੇ? ਫਿਰ ਉਹ ਲੋਕ ਇਹਦੇ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ? ਇਹ ਵੀ ਇੱਕ ਵੱਡਾ ਸਵਾਲ ਹੈ ਕਿ ਅਸੀਂ 5 ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਮਝ ਲਈਏ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਪੰਜਾਬੀ ਲੋਕ ਚੈਨਲ ਦਾ ਧੰਨਵਾਦ ਕਰਦਾ ਜੀ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ, ਅੱਜ ਸਬੱਬ ਬਣਿਆ ਅਸੀਂ ਪਹਿਲੇ ਪਾਤਸ਼ਾਹ ਸਾਡੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਅਸੀਂ ਪਾਕਿਸਤਾਨ ਜਾ ਰਹੇ ਹਾਂ ਜੀ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੱਕ ਡਰ ਹੈ, ਇੱਕ ਸਹਿਮ ਹੈ ਸਾਡੇ ਯੂਥ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ, ਕਿ ਜੇਕਰ ਤੁਸੀਂ ਪਾਕਿਸਤਾਨ ਦਾ ਵੀਜ਼ਾ ਤੁਹਾਨੂੰ ਲੱਗ ਗਿਆ ਅਤੇ ਮੁੜ ਕੇ ਕਿਸੇ ਹੋਰ ਕੰਟਰੀ ਦਾ ਨਹੀਂ ਲੱਗਣਾ। ਜਦੋਂ ਮੈਂ ਇੱਕ ਟੈਕਨੀਕਲ ਗੱਲ ਲੀਗਲੀ ਕਰਨੀ
ਰੀਜ਼ਨ ਦੱਸਿਆ ਜਾਂਦਾ ਹੈ। ਜਿਵੇਂ ਕੋਰਟ ਦੇ ਵਿੱਚੋਂ ਇੱਕ ਜੱਜਮੈਂਟ ਆਉਂਦੀ ਹੈ, ਬੰਦਾ ਕਨਵਿਕਟ ਹੋਇਆ ਡੂ ਟੂ ਰੀਜ਼ਨ, ਅਕਵਿਟਲ ਹੋਇਆ ਡੂ ਟੂ ਰੀਜ਼ਨ, ਦੈਟ ਰੀਜ਼ਨ, ਉਹਨਾਂ ਕਾਰਨਾਂ ਕਰਕੇ ਉਹ ਕਾਰਨ ਦੱਸਿਆ ਜਾਂਦਾ ਕਿ ਕਿਹਨਾਂ ਕਾਰਨਾਂ ਕਰਕੇ ਤੁਹਾਨੂੰ ਇਹ ਰਿਫਿਊਜ਼ਲ ਹੋਈ ਹੈ, ਤੁਹਾਨੂੰ ਵੀਜ਼ਾ ਨਹੀਂ ਲੱਗਿਆ। ਇਹ ਹਿਸਟਰੀ ਹੈ। ਲੱਖਾਂ ਲੋਕ ਵਿਦੇਸ਼ਾਂ ਦੇ ਵਿੱਚ ਸਾਡਾ ਯੂਥ ਬੈਠਾ ਜਿਹੜੇ ਪਹਿਲਾਂ ਪਾਕਿਸਤਾਨ ਦੀ ਯਾਤਰਾ ਗੁਰਧਾਮਾਂ ਦੀ ਕਰ ਚੁੱਕੇ ਨੇ, ਉਸ ਤੋਂ ਬਾਅਦ ਇੰਗਲੈਂਡ, ਯੂਰਪੀਅਨ ਕੰਟਰੀ, USA, ਬਹੁਤ ਦੇਸ਼ਾਂ 'ਚ ਗਏ ਨੇ। ਠੀਕ ਹੈ। ਉਹਨਾਂ ਦੇ ਜੇ ਕਿਸੇ ਨੂੰ ਕੋਈ ਰਿਫਿਊਜ਼ਲ ਆਈ ਹੈ ਤਾਂ ਅੱਜ ਤੱਕ ਔਨ ਰਿਕਾਰਡ ਹੈ ਵੀ ਕਦੇ ਉਹਦੇ ਵਿੱਚ ਇਹ ਚੀਜ਼ ਮੈਨਸ਼ਨ ਨਹੀਂ ਹੋਈ ਕਿ ਤੁਸੀਂ ਪਾਕਿਸਤਾਨ ਵਿਜ਼ਿਟ ਕੀਤਾ ਸੀ ਤਾਂ ਤੁਹਾਨੂੰ ਰਿਫਿਊਜ਼ਲ ਦਿੱਤੀ ਗਈ ਹੈ, ਤੁਹਾਨੂੰ ਡਿਨਾਈ ਕੀਤਾ ਗਿਆ। ਇਹ ਔਨ ਪਰੂਫ ਕੋਈ ਇੱਕ ਬੰਦਾ ਸਾਬਤ ਕਰ ਦੇਵੇ, ਕਿਉਂਕਿ ਜਿਹੜਾ ਦਖਾਨ ਸੀ 47 ਦੀ ਵੰਡ ਦਾ ਬਹੁਤ ਵੱਡਾ, ਸਾਡੇ ਬਜ਼ੁਰਗਾਂ ਨੇ, ਸਾਡੇ ਬਜ਼ੁਰਗ ਉੱਧਰੋਂ ਆਏ ਸੀ, ਜ਼ਿਲ੍ਹਾ ਸਿਆਲਕੋਟ ਸੀ ਸਾਡਾ, ਪਿੰਡ ਵਰਸਾਲ ਕੇ, ਤਹਿਸੀਲ ਲਸਕਾ ਜੀ, ਉਹ ਦਖਾਨ ਸੀ ਬਹੁਤ ਵੱਡਾ। ਆਪਾਂ ਹੱਸਦੇ ਵੱਸਦੇ ਹਾਂ, ਸਿੱਖ ਧਰਮ ਲਈ ਅਸੀਂ ਆਏ ਸੀ ਇੱਥੇ, ਸਾਰਾ ਕੁਛ ਛੱਡ ਕੇ ਆਏ ਸੀ ਹੱਸਦੇ ਵਾਸਤੇ। ਗੁਰੂ ਸਾਹਿਬ ਨੇ ਇੱਧਰ ਵੀ ਕੋਈ ਕਮੀ ਨਹੀਂ ਛੱਡੀ ਜੀ, ਅਤੇ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਸੱਜਣਾਂ ਨੂੰ, ਵੀ ਅਸੀਂ ਉਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੀਏ। ਲੰਬੇ ਸਮੇਂ ਤੋਂ ਅਸੀਂ ਅਰਦਾਸਾਂ ਬੇਨਤੀਆਂ ਕਰ ਰਹੇ ਸਾਂ ਅਤੇ ਅੱਜ ਉਹ ਸਬੱਬ ਬਣਿਆ। ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ ਅਤੇ ਸਰਕਾਰਾਂ ਦਾ ਵੀ ਬਹੁਤ ਧੰਨਵਾਦ ਹੈ ਇਹਦੇ ਵਿੱਚ। ਪੰਜਾਬ ਗੌਰਮੈਂਟ ਬੜੇ ਵੱਡੇ ਪੱਧਰ 'ਤੇ ਸ਼੍ਰੋਮਣੀ ਕਮੇਟੀ ਸ਼ਤਾਬਦੀ ਮਨਾ ਰਹੀ ਹੈ, ਪਰ ਇੱਕ ਜਿਹੜਾ ਲੋਕਾਂ ਦੇ ਵਿੱਚ ਵਹਿਮ ਹੈ, ਡਰ ਹੈ ਸਾਡੇ ਯੂਥ ਦੇ ਵਿੱਚ, ਇਹ ਨਹੀਂ। ਅਸੀਂ ਇਹ ਲੀਗਲੀ ਵੈਰੀਫਾਈ ਕੀਤਾ, ਬਿਲਕੁਲ ਡੂ ਟੂ ਰੀਜ਼ਨ, ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਵੀ ਤੁਹਾਨੂੰ ਹੋਰ ਕੰਟਰੀ ਨੇ, ਯੂਰਪ ਕੰਟਰੀ ਨੇ, USA ਨੇ, ਕੈਨੇਡਾ ਨੇ ਇਹ ਰਿਫਿਊਜ਼ਲ ਦਿੱਤੀ ਹੋਵੇ ਕਿ ਤੁਸੀਂ ਪਾਕਿਸਤਾਨ ਜਾ ਕੇ ਆਇਓ, ਇੱਦਾਂ ਦੀ ਕੋਈ ਗੱਲ ਨਹੀਂ। ਬਿਲਕੁਲ। ਸੋ ਇਹ ਵਕੀਲ ਲੋਕ ਨੇ, ਕਾਨੂੰਨੀ ਮਾਹਿਰ ਨੇ, ਇਹ ਕਾਨੂੰਨ ਪੜ੍ਹੇ ਹੋਏ ਨੇ, ਵੱਡੀਆਂ ਡਿਗਰੀਆਂ ਕੀਤੀਆਂ ਹੋਈਆਂ ਨੇ, ਪਰ ਜਦੋਂ ਤੁਸੀਂ ਸਲਾਹ ਇੱਕ ਬੰਦੇ ਦੀ ਲੈ ਲੈਂਦੇ ਹੋ ਜਿਹਨੇ ਸ਼ਾਇਦ 10 ਵੀ ਨਹੀਂ ਕੀਤੀਆਂ ਹੁੰਦੀਆਂ, ਤਾਂ ਫਿਰ ਉਹ ਅਜਿਹੀਆਂ ਸਲਾਹਾਂ ਤੁਹਾਨੂੰ ਮਿਲਣੀਆਂ ਹੀ, ਕਿਉਂਕਿ ਆਪਾਂ ਨਿੱਤ ਦਿਨ ਵਿਛੜੇ ਗੁਰਧਾਮਾਂ ਨੂੰ ਮਿਲਾਉਣ ਦੀ ਜਾਂ ਫਿਰ ਉਹਨਾਂ ਦੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਅਸੀਂ ਕਰਦੇ ਹਾਂ, ਪਰ ਜਦੋਂ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤਾਂ ਗੁਰੂ ਦੇ ਸਿੱਖ ਕਿਉਂ ਪਿੱਛੇ ਹਟ ਗਏ? ਤਾਂ ਇਹ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ, ਇਹਦੇ 'ਤੇ ਗੌਰ ਕਰਨੀ ਜ਼ਰੂਰ ਬਣਦੀ ਹੈ। ਗਗਨਦੀਪ ਜੀ, ਇੱਕ ਵਾਰ ਫਿਰ ਤੁਹਾਡੇ ਕੋਲ ਆਵਾਂਗਾ, $20 ਫੀਸ ਰੱਖੀ ਗਈ ਹੈ, ਉਹਨੂੰ ਕਿਵੇਂ ਵੇਖਦੇ ਹੋ? ਬਾਈ ਜੀ, ਮੈਂ ਤਾਂ ਮੈਨੂੰ ਗੱਲ ਯਾਦ ਆਉਂਦੀ ਹੈ ਕਿ ਸੁਖੀ ਵੱਸੇ ਕਸ਼ਮੀਰ ਮੁੱਕੇ ਰੇੜਕਾ ਪਿਸ਼ੋਰ ਦਾ, ਕਰੀ ਕਿਤੇ ਮੇਲ ਰੱਬਾ ਦਿੱਲੀ ਅਤੇ ਲਾਹੌਰ ਦਾ। ਅਸੀਂ ਤਾਂ ਚਾਹੁੰਦੇ ਦਿੱਲੀ ਅਤੇ ਲਾਹੌਰ ਦਾ ਮੇਲ ਹੋਵੇ, ਵਿੱਚੋਂ ਲੀਕ ਰਵੇ ਹੀ ਨਾ, ਇਹ ਲੀਕ ਹੀ ਮਿਟ ਜਾਵੇ, ਕਿਉਂਕਿ ਸਾਡੀ ਜ਼ੁਬਾਨ ਇੱਕ, ਸਾਡੇ ਧਰਮ ਸਾਂਝੇ ਨੇ, ਸਾਡੀ ਸੱਭਿਆਚਾਰ ਸਾਂਝਾ, ਸਾਡਾ ਸਮਾਜਿਕ ਤਾਣਾ ਬਾਣਾ ਸਾਂਝਾ। ਸਾਡੇ ਜਦੋਂ ਬਜ਼ੁਰਗ ਉੱਥੋਂ 1947 'ਚ ਆਏ, ਉਹ ਤਾਂ ਕਹਿੰਦੇ ਨਹੀਂ ਕਿ ਦੇਸ਼ ਬਣਿਆ, ਉਹ ਤਾਂ ਕਹਿੰਦੇ ਵੰਡ ਵੇਲੇ ਦੀਆਂ ਗੱਲਾਂ ਜਦੋਂ ਹੱਲੇ ਹੋਏ ਸੀ, ਉਹ ਗੱਲਾਂ ਕਰਦੇ ਨੇ, ਕਿਉਂਕਿ ਸਾਡਾ ਉੱਥੇ ਸਿੱਖੀ ਨੇ ਜਨਮ ਲਿਆ। ਸਾਡਾ ਦਿਲ ਕਰਦਾ, ਮੈਂ ਉਹੀ ਗੱਲ ਕਰਦਾ ਵੀ ਇਹਦੇ ਸਿਆਸਤ ਨਹੀਂ ਹੋਣੀ ਚਾਹੀਦੀ, ਵੀ ਜੇ ਕਹਿੰਦੇ ਵੀ ਨਹੀਂ ਜੀ ਉੱਥੇ ਜਾਣਾ ਚਾਹੀਦਾ, ਇੱਦਾਂ ਕੋਈ ਵੀਜ਼ੇ ਨਹੀਂ ਲੱਗਦੇ, ਮਤਲਬ ਹੀ ਨਹੀਂ ਇੱਦਾਂ ਦੀ ਕੋਈ ਗੱਲ ਹੈਗੀ। ਅਸੀਂ ਸਾਰਾ ਕੁਝ ਦੇਖ ਪਰਖ ਕੇ, ਮੈਂ ਆਸਟ੍ਰੇਲੀਆ ਦਾ ਵੀਜ਼ੇ ਬਿਲਕੁਲ ਤਿਆਰੀ ਕਰ ਰਿਹਾ ਸੀ, ਮੇਨ ਟਾਈਮ ਪਤਾ ਲੱਗਿਆ ਕਿ 550 ਕਰਕੇ ਜਾਣਾ ਪੈ ਗਿਆ, ਮੈਂ ਬਿਲਕੁਲ ਉਹ ਨਾ ਕਰਕੇ, ਮੈਂ ਕਿਹਾ ਪਹਿਲਾਂ ਜ਼ਰੂਰੀ ਹੈ ਜਿਹੜੀ ਅਰਦਾਸ ਕਰਦੇ ਹਾਂ, ਇਹ ਸਾਡੀ ਜ਼ਿੰਦਗੀ 'ਚ ਪਹਿਲੀ ਵਾਰੀ ਆਇਆ, ਜ਼ਰੂਰੀ ਹੈ, ਬਾਕੀ ਕੰਮ ਫਿਰ ਹੋ ਜਾਣਗੇ ਬਾਕੀ ਕੰਟਰੀਆਂ ਦੇ। ਜੇ ਗੁਰੂ ਨਾਨਕ ਸਾਹਿਬ ਨੇ ਬੁਲਾਉਣਾ ਹੋਇਆ ਤਾਂ ਮੈਂ ਦਾਅਵੇ ਨਾਲ ਕਹਿੰਦਾ ਸਾਰੀਆਂ ਕੰਟਰੀਆਂ ਆਪ ਵੀਜ਼ੇ ਦੇਣਗੀਆਂ, ਝੁੱਕ ਕੇ ਵੀਜ਼ੇ ਦੇਣਗੀਆਂ, ਬਾਬੇ ਨਾਨਕ ਦੀ ਕਿਰਪਾ ਹੋਈਗੀ, ਤੁਸੀਂ ਦੇਖਿਓ ਸਾਰੀ ਕੰਟਰੀਆਂ ਆਪ ਵੀਜ਼ੇ ਦੇਣਗੀਆਂ। ਇਹ ਮੈਨੂੰ ਵਿਸ਼ਵਾਸ ਹੈ ਨਨਕਾਣੇ ਦੇ ਉੱਪਰ, ਬਾਬੇ ਨਾਨਕ ਦੇ ਉੱਪਰ। ਅਤੇ ਜੇ ਤੁਸੀਂ ਗੱਲ ਕਰੀਏ $20 ਦੀ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਜਥੇਦਾਰ ਵਡਾਲਾ ਜੀ ਨੇ ਅਰਦਾਸਾਂ ਕੀਤੀਆਂ, ਉਹਨਾਂ ਦੀ ਭਾਵੇਂ ਜੋ ਮਰਜ਼ੀ ਉਹਨਾਂ ਦੀ ਅਰਦਾਸ ਰੰਗ ਲਿਆਈ, ਅੱਜ ਵਡਾਲਾ ਸਾਹਿਬ ਦੀ ਅੱਜ ਉਹ ਲਾਂਘਾ ਖੁੱਲ੍ਹਿਆ। ਭਾਵੇਂ ਨਵਜੋਤ ਸਿੰਘ ਸਿੱਧੂ ਜੀ ਨੇ ਮਿਹਨਤ ਕੀਤੀ, ਇਮਰਾਨ ਖਾਨ ਜੀ ਨੇ ਮਿਹਨਤ ਕੀਤੀ, ਭਾਵੇਂ ਬਾਕੀ ਸਰਕਾਰਾਂ ਨੇ ਮਿਹਨਤ ਕੀਤੀ, ਅੱਜ ਉਹ ਲਾਂਘਾ ਖੁੱਲ੍ਹਿਆ। ਮਿਹਨਤ ਕੀਤੀ ਕਰੋ ਜਾਂ ਕਿਰਪਾ ਕੀਤੀ, ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਨੇ, ਬਿਲਕੁਲ ਇਹਨਾਂ ਉੱਪਰ ਕਿਰਪਾ ਕੀਤੀ ਜੀ। ਅਤੇ ਗੱਲ $20 ਦੀ ਹੈ, ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ, ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅੰਮ੍ਰਿਤਸਰ, ਰਸਤੇ ਦੇ ਵਿੱਚ 4-5 ਟੋਲ ਪਲਾਜ਼ੇ ਪੈਂਦੇ ਨੇ, ਲਗਭਗ ਜੇ ਤੁਸੀਂ ਆਪਣੀ ਗੱਡੀ ਜਾਂ ਆਪਣਾ ਵਹੀਕਲ ਲੈ ਕੇ ਜਾਂਦੇ ਹੋ ਤਾਂ ਉੱਥੇ ਤੁਹਾਨੂੰ 500-700 ਰੁਪਈਆ ਇੱਕ ਬੰਦੇ ਦੀ ਜੇਬ 'ਚੋਂ ਚਲਾ ਜਾਂਦਾ ਸਿਰਫ ਦਰਬਾਰ ਸਾਹਿਬ ਦੇ ਮੱਥਾ ਟੇਕਣ ਦਰਸ਼ਨਾਂ ਵਾਸਤੇ। ਉਹ ਜਜੀਆ ਨਹੀਂ, ਉਹ ਕੀ ਚੀਜ਼ ਹੈ ਜੀ? ਤੁਸੀਂ ਇੱਕ ਵਾਰੀ ਸਿਰਫ ਮੱਥਾ ਟੇਕਣ ਜਾਣਾ ਦਰਬਾਰ ਸਾਹਿਬ, 500-700 ਰੁਪਈਆ ਦੇ ਕੇ ਆਏ, ਹੋ ਸਕਦਾ 1000 ਰੁਪਈਆ ਵੀ ਲੱਗ ਜਾਂਦਾ ਹੋਵੇ ਵੱਡੀ ਗੱਡੀ ਦਾ। ਤੁਸੀਂ ਕਿਸੇ ਸੜਕ 'ਤੇ ਚਲ ਜਾਓ, ਕਿਸੇ ਗੁਰਦੁਆਰਾ ਸਾਹਿਬ ਚਲ ਜਾਓ, ਰਸਤੇ ਦੇ ਵਿੱਚ ਤੁਹਾਨੂੰ ਟੋਲ ਟੈਕਸ ਦੇਣਾ ਪੈਂਦਾ ਹਰ ਜਗ੍ਹਾ। ਜੇ ਅੱਜ ਨਨਕਾਣਾ ਸਾਹਿਬ, ਅੱਜ ਕਰਤਾਰਪੁਰ ਸਾਹਿਬ, ਹਕੂਮਤ ਪਾਕਿਸਤਾਨ ਨੇ ਅੱਜ ਐਡਾ 6 ਮਹੀਨੇ ਦੇ ਵਿੱਚ ਐਡਾ ਵੱਡਾ ਇਨਫਰਾਸਟ੍ਰਕਚਰ, ਇੰਨਾ ਵੱਡੀ ਕੰਸਟਰਕਸ਼ਨ ਕਰਕੇ, ਉੱਥੇ ਲੈਂਡ ਪੋਰਟ ਅਥਾਰਟੀ, ਉੱਥੇ ਲੈਂਡ ਪੋਰਟਸ ਬਣੇ ਨੇ, ਉੱਥੇ ਹੋਰ ਉੱਥੇ ਹੋਟਲ ਬਣੇ ਨੇ, ਅਤੇ ਸਰਕਾਰਾਂ ਵੱਲੋਂ ਅਰਬਾਂ ਰੁਪਈਆ ਖਰਚ ਕੇ, ਮੇਰਾ ਖਿਆਲ ਹੈ ਵੀ 70% ਕਰਤਾਰਪੁਰ ਸਾਹਿਬ ਵਿਖੇ ਡੇਰਾ ਬਾਬਾ ਨਾਨਕ ਤੋਂ ਜਦੋਂ ਆਪਾਂ ਜਾਈਦਾ ਤਾਂ ਪਾਕਿਸਤਾਨ ਦੀ ਸਰਕਾਰ ਨੇ ਇੰਨਾ ਪੈਸਾ ਖਰਚ ਕੇ ਉਹ ਜੇ ਉੱਥੇ ਸਾਡੇ ਲਈ ਖਰਚਿਆ, ਅਤੇ ਜੇ ਉਹ ਘੱਟੋ ਘੱਟ ਉਹਦਾ ਖਰਚਾ ਨਹੀਂ ਪੂਰਾ ਹੋਣਾ, ਦੱਸੋ
ਉਹ ਸਾਡੇ ਲਈ ਕਰ ਰਹੇ ਨੇ, ਸਾਡਾ ਇੰਨਾ ਫਰਜ਼ ਨਹੀਂ ਬਣਦਾ। ਮੈਂ ਕਹਿੰਦਾ $20 ਦਾ ਕੁਛ ਵੀ ਨਹੀਂ, ਭਾਵੇਂ $200 ਜਾਂ $1,000 ਵੀ ਦੇਣਾ ਪਵੇ ਉਹ ਵੀ ਥੋੜ੍ਹਾ। ਅਸੀਂ ਪਾਕਿਸਤਾਨ ਜਾਂਦੇ ਹਾਂ ਜਾਂ ਕਿਸੇ ਕੰਟਰੀ ਜਾਂਦੇ ਹਾਂ, ਕੈਨੇਡਾ ਅਮਰੀਕਾ ਜਾਂਦੇ ਹਾਂ, ਸਾਡੀ 11-12-12,000 ਅੰਬੈਸੀ ਫੀਸ ਲੱਗਦੀ ਹੈ ਜਾਂਦੇ ਹਾਂ ਨਾ, ਅਸੀਂ ਉਹ ਦਿੰਦੇ ਹਾਂ। ਕਿਤੇ ਜਾਂਦੇ ਹਾਂ ਸਾਡਾ ਟੈਕਸ ਦੇਣਾ ਪੈਂਦਾ, ਅਤੇ ਜੇਕਰ ਅਸੀਂ $20 ਖਰਚ ਕੇ ਆਪਣੇ ਗੁਰਧਾਮਾਂ ਦੇ ਦਰਸ਼ਨ ਨਹੀਂ ਕਰ ਸਕਦੇ ਤਾਂ ਲੱਖ ਲਾਣਤ ਹੈ ਸਾਡੇ ਉੱਪਰ ਵੀ ਸਿੱਖ ਹੋਣ ਦੇ ਉੱਪਰ। ਇਹ ਜ਼ਰੂਰੀ ਹੈ, $20 ਕੋਈ ਬਹੁਤੀ ਵੱਡੀ ਦੀ ਗੱਲ ਨਹੀਂ ਹੈਗੀ, ਉਹਨਾਂ ਦਾ ਖਰਚਾ ਬਹੁਤ ਆ, ਇਨਫਰਾਸਟਰਕਚਰ ਹੈ, ਕੰਸਟਰਕਸ਼ਨ ਹੋਈ ਆ। ਅੱਜ ਸ਼੍ਰੋਮਣੀ ਕਮੇਟੀ ਜਾਂ ਜਿਹੜੇ ਸਿਆਸੀ ਫਾਇਦਾ ਚੁੱਕਣਾ ਚਾਹੁੰਦੇ ਨੇ ਉਹ ਗਲਤ ਕਰ ਰਹੇ ਨੇ, ਅਸੀਂ ਇਹ ਗੱਲ ਦਾ ਖੰਡਨ ਕਰਦੇ ਹਾਂ। $20 ਕੋਈ ਜ਼ਿਆਦਾ ਨਹੀਂ, ਸੰਗਤ ਦੇਣ ਨੂੰ ਤਿਆਰ ਹੈ, ਸੰਗਤ ਨੂੰ ਦਿਲ ਖੋਲ੍ਹ ਕੇ ਪਰਮਿਟ ਦਿੱਤੇ ਜਾਣ, ਸੰਗਤ ਲੋਚਦੀ ਅਸੀਂ ਆਪਣਾ ਕਰਤਾਰਪੁਰ ਸਾਹਿਬ ਜਾਈਏ। ਕੋਈ $20 ਕੋਈ ਮਾਇਨੇ ਨਹੀਂ ਰਖਾਉਂਦੀ, ਇਹ ਸਿਰਫ ਇੱਕ ਸਿਆਸੀ ਜਥੇਬੰਦੀਆਂ ਰੌਲਾ ਪਾ ਰਹੀਆਂ, ਆਵਾਮ ਇਹ ਗੱਲ 'ਚੋਂ ਕੋਈ ਉਹ ਖੁਸ਼ ਹੈ, ਸਿਆਸਤ ਹੋ ਰਹੀ ਹੈ। ਬਿਲਕੁਲ ਜੀ, ਮੇਰੇ ਮਨ 'ਚ ਇੱਕ ਗੱਲ ਆ ਰਹੀ ਸੀ ਕਿ ਜਿਹੜੇ ਸਾਡੇ ਲੋਕ ਸੀ ਜਿਨ੍ਹਾਂ ਨੂੰ ਰਿਫਿਊਜੀ ਭਾਈਚਾਰਾ ਕਹਿੰਦੇ ਨੇ, ਸਿਆਲਕੋਟੀਆ ਬਰਾਦਰੀ ਜਿਹੜੀ ਪਾਕਿਸਤਾਨ ਤੋਂ ਉੱਜੜ ਕੇ ਆਈ ਸੀ, ਉਹ ਉੱਜੜ ਕੇ ਕਿਉਂ ਆਏ ਸੀ? ਉਹ ਧਰਮ ਲਈ ਆਏ ਸੀ, ਪੱਗ ਲਈ ਆਏ ਸੀ ਕਿ ਅਸੀਂ ਆਪਣਾ ਧਰਮ ਨਹੀਂ ਛੱਡਣਾ, ਅਸੀਂ ਆਪਣੀਆਂ ਜ਼ਮੀਨਾਂ ਛੱਡ ਦੇਵਾਂਗੇ, ਜਾਇਦਾਦਾਂ ਛੱਡ ਦੇਵਾਂਗੇ, ਹਵੇਲੀਆਂ ਛੱਡ ਦੇਵਾਂਗੇ। ਉਹ ਆਪਣੇ ਗੁਰੂ ਕਰਕੇ ਆ ਗਏ ਕਿ ਅਸੀਂ ਆਪਣਾ ਧਰਮ ਨਹੀਂ ਛੱਡਣਾ, ਅਤੇ ਗੁਰੂ ਨੇ ਕੋਈ ਕਮੀ ਵੀ ਨਹੀਂ ਛੱਡੀ ਉਹਨਾਂ ਲੋਕਾਂ 'ਤੇ, ਸਾਡੇ ਜੀਆਂ 'ਤੇ ਕਿਸੇ 'ਤੇ ਕਮੀ ਨਹੀਂ ਹੈਗੀ। ਪਰਮਾਤਮਾ ਨੇ ਉਹਨਾਂ ਦੀ ਬਖਸ਼ਿਸ਼ ਕੀਤੀ। ਕੀ ਅਸੀਂ ਇੱਕ ਵਿਦੇਸ਼ ਜਾਣ ਦੇ ਚੱਕਰ 'ਚੋਂ, ਇੱਕ ਲਾਲਸਾ ਤੋਂ ਅਸੀਂ ਇਹ ਡਰ ਰਹੇ ਹਾਂ ਕਿ ਅਸੀਂ ਗੁਰਧਾਮਾਂ ਦੇ ਦਰਸ਼ਨ ਨਾ ਕਰੀਏ? ਐਡੀ ਵੱਡੀ ਉਦਾਹਰਨ ਮੈਨੂੰ ਦੱਸੋ। ਮੈਂ ਕਹਿਣਾ ਚਾਹੁੰਦਾ ਆਵਾਮ ਨੂੰ, ਇਹ ਗੱਲ ਦੱਸਣਾ ਚਾਹੁੰਦਾ, ਤੁਸੀਂ ਅਸੀਂ ਧਰਮ ਲਈ ਪਾਕਿਸਤਾਨ ਤੋਂ ਆ ਗਏ ਛੱਡ ਕੇ, ਉੱਥੇ ਕੀ ਸੀ? ਜਾਇਦਾਦਾਂ ਸੀ, ਸਾਰਾ ਕੁਛ ਸੀ, ਪਰ ਛੱਡ ਦਿੱਤਾ ਕਿ ਨਹੀਂ? ਅਸੀਂ ਸਿੱਖ ਧਰਮ ਨਹੀਂ ਛੱਡਣਾ। ਜੇ ਅਸੀਂ ਗੁਰੂ ਸਾਹਿਬ ਦਾ ਲੜ ਫੜਿਆ, ਉਹਨਾਂ ਦੀ ਬਾਂਹ ਅਸੀਂ ਨਹੀਂ ਛੱਡੀ, ਅਤੇ ਗੁਰੂ ਨੇ ਵੀ ਨਹੀਂ ਛੱਡੀ। ਤੁਸੀਂ ਗੁਰੂ ਵੱਲ ਇੱਕ ਕਦਮ ਤੁਰੋ, ਗੁਰੂ 10 ਤੁਰਦਾ ਤੁਹਾਡੇ ਵੱਲ, ਗੁਰਬਾਣੀ 'ਚ ਲਿਖਿਆ। ਮੈਂ ਇਹ ਗੱਲ ਕਹਿਣੀ ਚਾਹੁੰਦਾ। ਬਹੁਤ ਬਹੁਤ ਵਧੀਆ। ਅਤੇ $20 ਵਾਲੀ ਗੱਲ ਇਹਨਾਂ ਨੇ ਕੀਤੀ ਹੈਗੀ ਆ, ਇਹਦੇ 'ਤੇ ਉੱਤੇ ਸਿਆਸਤ ਹੋ ਰਹੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ $20 ਦੇਣ ਦੇ ਉੱਤੇ ਜਿਹੜੇ ਲੋਕ ਕਿੰਤੂ ਪਰੰਤੂ ਕਰ ਰਹੇ ਨੇ, ਮੈਂ ਉਹਨਾਂ ਨੂੰ ਪੁੱਛਾਂਗਾ, ਜਦੋਂ ਤੁਹਾਡੇ ਘਰ ਬੱਚਾ ਜਨਮ ਲੈਂਦਾ ਹੈ, ਕੋਈ ਖੁਸ਼ੀ ਆਉਂਦੀ ਹੈ, ਫਿਰ ਤੁਸੀਂ ਪਾਰਟੀਆਂ ਦੇ ਵਿੱਚ ਲੱਖਾਂ ਰੁਪਇਆ ਸ਼ਰਾਬਾਂ 'ਤੇ ਰੋੜ ਦਿੰਦੇ ਹੋ, ਯਾਰ ਬਾਬਾ ਨਾਨਕ ਦੇ ਦਰਸ਼ਨਾਂ ਦੇ ਲਈ ਤੁਸੀਂ ਜਾ ਰਹੇ ਹੋ, ਤੁਹਾਨੂੰ $20 ਖਰਚਣ ਦੇ ਲਈ ਅਗਰ ਇੱਥੇ ਤਕਲੀਫ ਹੁੰਦੀ ਹੈ, ਤਾਂ ਇਸ ਤੋਂ ਵੱਧ ਲਾਣਤ ਵਾਲੀ ਗੱਲ ਨਹੀਂ ਹੋ ਸਕਦੀ। ਐਡਵੋਕੇਟ ਸਾਹਿਬ, ਤੁਸੀਂ ਵੀ ਪਹਿਲੀ ਵਾਰ ਜਾ ਰਹੇ ਹੋ? ਹਾਂਜੀ ਬਿਲਕੁਲ, ਪਹਿਲੀ ਵਾਰ। ਇਹ ਮੈਨੂੰ ਦੱਸੋ ਜੀ, ਕਿਉਂਕਿ ਫਰੈਸ਼ ਪਾਸਪੋਰਟ ਹੈ ਤੁਹਾਡੇ, ਕਿਤੇ ਇਹ ਤਾਂ ਨਹੀਂ ਆ ਵੀ ਆਪਾਂ ਥੱਪਾ ਲਵਾਉਣੇ? ਚਲੋ ਜਿਹੜੇ ਮਰਜ਼ੀ ਦੇਸ਼ ਦਾ, ਕਈਆਂ ਨੂੰ ਹੁੰਦਾ ਜੀ ਵੀ ਹਾਂਜੀ ਚਲੋ ਲੱਗ ਜਾਵੇ, ਕਿਉਂਕਿ ਲੋਕ ਤਾਂ ਇਹੀ ਕਹੀ ਜਾਂਦੇ ਆ ਜੀ, ਜਿਹਨੂੰ ਵੀ ਪੁੱਛੇ ਵੀ ਨਹੀਂ ਜੀ ਉੱਥੇ ਤਾਂ ਪਾਕਿਸਤਾਨ ਇੱਕ ਵਾਰ ਚਲ ਗਏ ਤਾਂ ਪੁੱਛ ਗਿੱਛ ਬਹੁਤ ਹੁੰਦੀ ਹੈ ਵੈਸੇ। ਨਹੀਂ ਨਹੀਂ ਬਿਲਕੁਲ ਨਹੀਂ, ਮੈਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਪਾਸਪੋਰਟ ਹੀ ਦਿਖਾ ਦਿੰਦਾ। ਹਾਂਜੀ, ਇਹ ਮੇਰਾ ਪਾਸਪੋਰਟ ਹੈ, ਇਹਦੇ ਵਿੱਚ ਕੋਈ ਹੋਰ ਵੀਜ਼ਾ ਕੋਈ ਨਹੀਂ ਹੈ, ਇਹ ਫਸਟ ਸਟੈਂਪ ਹੈ ਪਾਕਿਸਤਾਨ ਦੀ। ਇਸ ਤੋਂ ਇਲਾਵਾ ਇਸ ਪਾਸਪੋਰਟ 'ਚ ਹੋਰ ਕੋਈ ਵੀਜ਼ਾ ਨਹੀਂ ਹੈ, ਫਰੈਸ਼ ਪਾਸਪੋਰਟ ਹੈ ਅਤੇ ਫਸਟ ਟਾਈਮ ਮੈਂ ਟਰੈਵਲ ਕਰ ਰਿਹਾ ਆਊਟ ਆਫ ਕੰਟਰੀ। ਇਹਦਾ ਇਹ ਤਾਂ ਮਤਲਬ ਤਾਂ ਨਹੀਂ ਹੈ ਵੀ ਤੁਸੀਂ ਕਿਤੇ ਹੋਰ ਕੰਟਰੀ ਦੇ ਲਈ ਕੋਸ਼ਿਸ਼ ਕੀਤੀ ਹੋਵੇ, ਨਹੀਂ ਮਿਲਿਆ? ਬਿਲਕੁਲ ਨਹੀਂ, ਮੈਂ ਇਸ ਤੋਂ ਬਾਅਦ ਆਉਂਦੀ ਸਾਰ ਅਸੀਂ ਕਿਸੇ ਨਾ ਕਿਸੇ ਹੋਰ ਕੰਟਰੀ ਦੇ ਵਿੱਚ ਟੂਰਿਸਟ ਵੀਜ਼ੇ ਲਈ ਅਪਲਾਈ ਕਰਨਾ ਅਤੇ ਜਾ ਕੇ ਵੀ ਆਉਣਾ ਦੱਸਣ ਵਾਸਤੇ ਲੋਕਾਂ ਨੂੰ, ਫਿਰ ਸਾਨੂੰ ਬੁਲਾ ਵੀ ਲਿਓ। ਬਿਲਕੁਲ ਬਿਲਕੁਲ, ਮੈਨੂੰ ਵੀ ਕਾਫੀ ਬੰਦਿਆਂ ਨੇ ਇਹ ਜਿਹੜਾ ਤੁਸੀਂ ਕੁਐਸਚਨ ਕਰ ਰਹੇ ਹੋ, ਕਾਫੀ ਬੰਦਿਆਂ ਨੇ ਸਾਨੂੰ ਵੀ ਕਰਿਆ, ਅਤੇ ਸਭ ਤੋਂ ਪਹਿਲਾਂ ਸਾਡਾ ਇਹੀ ਜਵਾਬ ਹੁੰਦਾ ਸੀ ਕਿ ਪਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਗੁਰੂ ਸਾਹਿਬ ਦੇ ਜਿਹੜਾ ਜਨਮ ਸਥਾਨ ਆ ਉਹਦੇ ਦਰਸ਼ਨ ਕਰਨ ਦਾ, ਅਤੇ ਅਸੀਂ ਪਹਿਲਾਂ ਉੱਥੇ ਜਾਵਾਂਗੇ, ਫਿਰ ਉਹਨਾਂ ਦਾ ਆਸ਼ੀਰਵਾਦ ਹੋਊਗਾ, ਅਤੇ ਬਾਕੀ ਕਿਸੇ ਵੀ ਕੰਟਰੀ 'ਚ ਫਿਰ ਪਰਮਾਤਮਾ ਦੀ ਕਿਰਪਾ ਨਾਲ ਜਿੱਥੇ ਵੀ ਚਾਹਾਂਗੇ ਉੱਥੇ ਜਾਵਾਂਗੇ। 15 ਦਿਨ ਦਾ ਸਾਡਾ ਵੀਜ਼ਾ ਲੱਗਿਆ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨਗਰ ਕੀਰਤਨ ਹੈ ਉਸ ਤੋਂ ਇਲਾਵਾ ਵੀ ਸਾਡਾ ਜਿੰਨਾ ਕੁ ਦਿਲ ਕੀਤਾ ਸੀ ਵੱਧ ਤੋਂ ਵੱਧ ਟਾਈਮ ਉੱਥੇ ਸਪੈਂਡ ਕਰਕੇ ਆਈਏ। ਸਾਡੇ ਝੰਮਕੀ ਬਜ਼ੁਰਗਾਂ ਦਾ ਪਿੰਡ ਹੈ ਜੀ ਉੱਥੇ, ਹਾਂਜੀ ਪਿੰਡ ਵਰਸਾਲਕੇ ਆ, ਅਸੀਂ ਉੱਥੇ ਜਾ ਕੇ ਆਉਣਾ ਜੀ। ਅੱਛਾ ਜੀ, ਮੋਸਟਲੀ ਜਿਵੇਂ ਬਾਠ ਸਾਹਿਬ ਨੇ, ਇਹਨਾਂ ਦੇ ਬਜ਼ੁਰਗ ਵੀ ਉੱਧਰੋਂ ਆਏ ਹੋਏ ਨੇ, ਸਾਰੇ ਮਾਈਗ੍ਰੇਟ ਹੋ ਕੇ ਆਏ ਨੇ ਵੰਡ ਦੇ ਸਮੇਂ, ਅਤੇ ਕੋਸ਼ਿਸ਼ ਹੋਏਗੀ ਕਿ ਅਸੀਂ ਉਹ ਪਿੰਡ ਉਹ ਨਗਰ ਵੇਖੀਏ ਜਿਹਦੇ ਸਾਡੇ ਬਜ਼ੁਰਗ ਵਧੇ ਪਲੇ, ਵੱਡੇ ਹੋਏ, ਜਵਾਨ ਹੋਏ, ਅਤੇ ਉਹ ਅਸੀਂ ਜੱਦੀ ਘਰ ਵੇਖੀਏ। ਇਹ ਬੜਾ ਮਨ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ। ਸਾਡੇ ਲਈ ਚੜ੍ਹਦੀ ਕਲਾ ਦੀ ਅਰਦਾਸ ਜ਼ਰੂਰ ਕਰਿਓ ਜੀ, ਅਸੀਂ ਆਪਣੇ ਭਾਗ ਮਾੜੇ ਸਮਝ ਲਈਏ ਜਾਂ ਕੁਛ ਹੈ ਨਾ, ਨਹੀਂ ਜਾ ਪਾ ਰਹੇ। ਨਹੀਂ ਨਹੀਂ ਜੀ, ਕੋਈ ਵੀ ਗੁਰੂ ਨਾਨਕ ਨਾਮ ਲੈਵਾ, ਕੋਈ ਵੀ ਸਿੱਖ ਜਿੱਥੇ ਬੈਠਾ ਦੁਨੀਆ ਦੇ ਖਿੱਤੇ ਵਿੱਚ ਕਿਤੇ ਵੀ ਬੈਠਾ, ਉਹ ਦਿਨ ਰਾਤ ਹੀ ਅਰਦਾਸਾਂ ਕਰਦਾ। ਸਾਡੀ ਜੋਦੜੀ ਅਰਦਾਸ ਹੈ ਗੁਰੂ ਮਹਾਰਾਜ ਅੱਗੇ, ਪਰਮਾਤਮਾ ਕਰੇ ਤੁਹਾਡੀ ਸਾਰਿਆਂ ਦੀ ਅਰਦਾਸ ਜਿੰਨੀ ਸਾਡੀ ਜਲਦੀ ਪ੍ਰਵਾਨ ਹੋਈ ਹੈ ਸਾਰਿਆਂ ਦੀ ਪ੍ਰਵਾਨ ਹੋਵੇ, ਕਿਉਂਕਿ ਸਾਰੇ ਗੁਰੂ ਨਾਨਕ ਸਾਹਿਬ ਦੇ ਉਸ ਪ੍ਰਕਾਸ਼ ਸਥਾਨ ਨੂੰ, ਨਨਕਾਣੇ ਨੂੰ ਵੇਖਣ ਲਈ ਜ਼ਰੂਰ ਪਹੁੰਚਣ।
ਸਾਢੇ 500 ਸਾਲ ਜਾ ਸਕਦੇ ਨੇ, ਧੰਨਵਾਦ। ਉਸ ਤੋਂ ਬਾਅਦ ਵੀ ਕੋਸ਼ਿਸ਼ ਕਰਨ ਜ਼ਰੂਰ ਜਾਣ ਦੀ ਗੱਲ ਕਰਨ, ਭਾਵੇਂ ਉਹ ਪੰਜਾ ਸਾਹਿਬ ਹੈ ਅਤੇ ਭਾਵੇਂ ਕਰਤਾਰਪੁਰ ਸਾਹਿਬ ਦਾ ਲੰਘ ਹੈ, ਗੁਰਦੁਆਰਾ ਕਰਤਾਰਪੁਰ ਸਾਹਿਬ ਜ਼ਰੂਰ ਵੇਖਣ, ਜਿੱਥੇ ਬਾਬੇ ਨਾਨਕ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ। ਸਾਡੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕਿਰਤ ਕਰੋ ਤੋਂ ਭੱਜ ਰਹੀ ਹੈ। ਉੱਥੇ ਪੰਜਾ ਸਾਹਿਬ ਆਪਣਾ ਕਰਤਾਰਪੁਰ ਸਾਹਿਬ ਵਿਖੇ ਬਾਬੇ ਨਾਨਕ ਨੇ ਸਾਰੀ ਉਮਰ ਅਖੀਰ ਦੇ ਵਿੱਚ ਆ ਕੇ ਆਪਣਾ ਅੰਤਲਾ ਸਮਾਂ ਬਿਤਾਇਆ ਅਤੇ ਉੱਥੇ ਕਿਰਤ ਕਰੋ ਦਾ ਉਪਦੇਸ਼ ਦਿੱਤਾ। ਉਹ ਜ਼ਰੂਰ ਜਾ ਕੇ ਦਰਸ਼ਨ ਕਰੋ, ਸਾਰਿਆਂ ਨੂੰ ਸਾਡੀ ਅਰਦਾਸ ਹੈ ਤਹਿ ਦਿਲੋਂ। ਅਤੇ ਗੱਲ ਕਰਦੇ ਖਰਚੇ ਦੀ ਕਿ ਜਦੋਂ ਰਾਏ ਬੁਲਾਰ ਨੇ ਆਖਿਆ ਸੀ ਕਿ ਮੇਰੇ ਰਾਏ ਭੋਜ ਦੀ ਤਲਵੰਡੀ ਦੇ ਵਿੱਚ ਅੱਜ ਰੱਬ ਨੇ ਜਨਮ ਲਿਆ, ਅੱਜ ਰੱਬ ਪੈਦਾ ਹੋਇਆ, ਅਤੇ ਇਹ ਭਾਵੇਂ ਜੋ ਮਰਜ਼ੀ ਕੋਈ ਫਸਲਾਂ ਉੱਜੜ ਜਾਣ, ਕੁਛ ਮਰਜ਼ੀ ਹੋ ਜਾਵੇ, ਇਹ ਸਾਰੀ ਕੁਛ ਧਨ ਦੌਲਤ ਮੇਰੀ ਜ਼ਮੀਨ ਜਾਇਦਾਦ ਸਾਰੀ ਇਹਦੀ ਹੈ। ਅਤੇ ਅੱਜ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਜਾ ਕੇ ਦੇਖੋ, ਪਾਕਿਸਤਾਨ 'ਚ ਵਿੱਚ ਜਦੋਂ ਆਪਾਂ ਯੂਟਿਊਬ 'ਤੇ ਜਾਂ ਹੋਰ ਸੋਸ਼ਲ ਮੀਡੀਆ ਦੇਖਦੇ ਹਾਂ, ਆਵਾਮ ਇੰਨਾ ਪਿਆਰ ਕਰਦਾ, ਇੰਨੀ ਸ਼ਿੱਦਤ ਨਾਲ, ਇੰਨੀ ਮੁਹੱਬਤ ਕਰਦਾ, ਅਤੇ ਜਦੋਂ ਜਾਂਦੇ ਹਾਂ ਅਸੀਂ ਦੇਖਿਆ ਤਾਂ ਉੱਥੋਂ ਕਈਆਂ ਦੇ ਵਿਚਾਰੇ ਫੋਨ ਆਉਂਦੇ ਨੇ, ਜਿਹੜੇ ਉੱਥੋਂ ਦੇ ਲੋਕਲ ਆਵਾਮ ਹੈ ਨਾ, ਉਹ ਇੰਨਾ ਖੁਸ਼ ਹੈ, ਇੰਨਾ ਆਵਾਮ ਕਿ ਸਰਦਾਰ ਜੀ ਤੁਸੀਂ ਆ ਰਹੇ ਹੋ, ਗਲਵੱਕੜੀ ਪਾ ਕੇ ਮਿਲਣ ਉਹਨਾਂ ਦਿਲ ਕਰਦਾ ਵੀ ਸਾਨੂੰ ਬੜਾ ਚੰਗਾ ਲੱਗ ਰਿਹਾ ਤੁਸੀਂ ਸਾਡੀ ਧਰਤੀ 'ਤੇ, ਸਾਡੀ ਸਰਜ਼ਮੀਨ 'ਤੇ ਆ ਰਹੇ ਹੋ, ਬਾਬੇ ਨਾਨਕ ਦੀ ਧਰਤੀ 'ਤੇ ਆ ਰਹੇ ਹੋ। ਸੋ ਅਸੀਂ ਅਰਦਾਸ ਕਰਦੇ ਹਾਂ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਵਸਦਾ ਹੈ, ਉਹ ਜਾ ਕੇ ਦਰਸ਼ਨ ਕਰੇ ਨਨਕਾਣਾ ਸਾਹਿਬ ਦੇ, ਪਾਕਿਸਤਾਨ ਦੇ ਆਪਣੇ ਵਿਛੜੇ ਹੋਏ ਗੁਰਧਾਮਾਂ ਨੂੰ ਆਪਣੀ ਅਰਦਾਸ ਨੂੰ ਪੂਰਾ ਹੋਣ ਦਾ ਪਰਮਾਤਮਾ ਬਲ ਬਖਸ਼ੇ ਅਤੇ ਕਿਰਪਾ ਕਰੇ। ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਗੁਰੂ ਨਾਨਕ ਦੇਵ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਕਰੇ, ਗੁਰੂ ਨਾਨਕ ਪਾਤਸ਼ਾਹ ਮਿਹਰ ਕਰੇ। ਅਤੇ ਇਸ ਵੇਲੇ ਇਸ ਜਥੇ ਨੂੰ ਸਨਮਾਨਿਤ ਕਰਨ ਦੇ ਲਈ ਅਮਰਜੀਤ ਸਿੰਘ ਬੜਗੁੱਜਰਾਂ ਆਏ ਹੋਏ ਨੇ, ਜਿਹੜੇ ਕਿ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਪਹਿਲਾਂ ਇੱਥੇ ਆਉਣਾ ਸੀ ਜਥੇਦਾਰ ਸਾਹਿਬ ਨੇ, ਪਰ ਉਹ ਨਹੀਂ ਆ ਸਕੇ ਅਤੇ ਹੁਣ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਜਥੇ ਨੂੰ ਸਿਰੋਪਾਉ ਦਿੱਤੇ ਜਾਣੇ ਨੇ, ਕੁਛ ਹੋਰ ਤੋਹਫੇ ਨੇ ਜੀ ਪਾਕਿਸਤਾਨ ਦੇ ਦੋਸਤਾਂ ਦੇ ਲਈ, ਇੱਕ ਤੋਹਫਾ ਜਿਹੜਾ ਹੈਗਾ ਇਹ ਪਾਕਿਸਤਾਨ ਭੇਜਿਆ ਜਾ ਰਿਹਾ ਜੀ। ਧੰਨਵਾਦ ਜੀ, ਬਹੁਤ ਧੰਨਵਾਦ, ਸ਼ੁਕਰੀਆ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਇਹਨਾਂ ਦੇ ਵੀ ਪਾਉਣਾ ਚੈਨਲ ਵਾਲਿਆਂ ਦੇ ਵੀ ਨਹੀਂ, ਇਹ ਨਾਲੇ ਤੁਸੀਂ ਸੇਵਾ ਕਰਨਾ। ਸੋ ਨਿਹਾਲ, ਬੋਲੇ ਸੋ ਨਿਹਾਲ ਜੀ। ਆ ਰਹੇ ਹਾਂ ਉਸ ਪਾਕਿਸਤਾਨ ਦੀ ਪਾਕ ਅਤੇ ਪਵਿੱਤਰ ਧਰਤੀ ਸ਼੍ਰੀ ਨਨਕਾਣਾ ਸਾਹਿਬ ਵਿਖੇ, ਸ਼੍ਰੀ ਪੰਜਾ ਸਾਹਿਬ, ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਲੈ ਕੇ ਸੁਨੇਹਾ ਲੈ ਕੇ ਜਾ ਰਹੇ ਹਾਂ ਸਾਰੀ ਸੰਗਤ ਦਾ। ਪਰਮਾਤਮਾ ਚੜ੍ਹਦੀ ਕਲਾ ਬਖਸ਼ੀ, ਅਸੀਂ ਧੰਨਵਾਦ ਕਰਦੇ ਹਾਂ ਫਿਰ ਇੱਕ ਵਾਰੀ ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਬੜਗੁਜਰਾਂ ਸਾਹਿਬ, ਸਰਦਾਰ ਜੱਸਾ ਸਿੰਘ ਜੀ, ਸਾਰੀ ਸੰਗਤ ਦਾ ਜਿਨ੍ਹਾਂ ਨੇ ਜਥੇ ਦਾ ਸਨਮਾਨ ਕੀਤਾ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਮਰਜੀਤ ਸਿੰਘ ਜੀ, ਅੱਜ ਦੇ ਇਸ ਸਮਾਗਮ ਬਾਰੇ ਜੋ ਸਨਮਾਨ ਕੀਤੇ ਨੇ ਤੁਸੀਂ, ਇਹਦੇ ਬਾਰੇ ਜ਼ਰੂਰ ਦੱਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਂ ਮੀਆਂ ਮੀਰ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੱਸਾ ਸਿੰਘ ਨੇ ਆਉਣਾ ਸੀ ਇੱਥੇ ਇਸ ਜਥੇ ਦਾ ਸਵਾਗਤ ਕਰਨ ਵਾਸਤੇ ਮੇਰੇ ਨਾਲ, ਪਰ ਅਫਸੋਸ 12 ਵਜੇ ਅੱਜ ਉਹਨਾਂ ਦੇ ਵੱਡੇ ਭਰਾ ਅਮਰਜੀਤ ਸਿੰਘ ਆਹਲੂਵਾਲੀਆ ਦੀ ਡੈੱਥ ਹੋਣ ਕਰਕੇ ਉਹ ਨਹੀਂ ਆ ਸਕੇ, ਅਤੇ ਇਹ ਡਿਊਟੀ ਮੈਨੂੰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਨਿਭਾਉਣੀ ਪਈ। ਸਾਡੇ ਫਤਿਹਗੜ੍ਹ ਸਾਹਿਬ ਤੋਂ 5 ਪੜ੍ਹੇ ਲਿਖੇ ਗੁਰਸਿੱਖ ਵਕੀਲਾਂ ਦਾ ਇੱਕ ਜਥਾ ਸਿੱਖ ਕੌਮ ਦੇ ਮਨ ਦੇ ਵਿੱਚੋਂ ਇਹ ਡਰ ਕੱਢਣ ਵਾਸਤੇ ਚੱਲਿਆ ਹੈ, ਜਿਹੜੀ ਇਹ ਇੱਕ ਧਾਰਨਾ ਪੰਥ ਵਿਰੋਧੀ ਸ਼ਕਤੀਆਂ ਨੇ ਸਿੱਖ ਕੌਮ ਦੇ ਵਿੱਚ ਪੈਦਾ ਕੀਤੀ ਹੋਈ ਹੈ ਕਿ ਉਹ ਪਾਕਿਸਤਾਨ ਇੱਕ ਅੱਤਵਾਦੀ ਦੇਸ਼ ਹੈ, ਕਿ ਜੇ ਇਸ ਪਾਸਪੋਰਟ ਦੇ ਉੱਤੇ ਪਾਕਿਸਤਾਨ ਦਾ ਵੀਜ਼ਾ ਲੱਗ ਜਾਵੇ ਉਸ ਪਰਸਨ ਨੂੰ ਕੋਈ ਵੀ ਦੇਸ਼ ਆਪਣਾ ਵੀਜ਼ਾ ਨਹੀਂ ਦਿੰਦਾ। ਹਾਲਾਂਕਿ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ,
ਸੱਚਾਈ ਨਹੀਂ ਹੈ। ਇਹ ਜੋ ਪੜ੍ਹੇ ਲਿਖੇ ਵਕੀਲਾਂ ਦਾ ਜਥਾ ਚੱਲਿਆ ਹੈ, ਇਹਨਾਂ ਲੋਕਾਂ ਨੂੰ ਸਾਰਾ ਕੁਛ ਪਤਾ ਹੈ ਕਿ ਕਾਨੂੰਨ ਕੀ ਚੀਜ਼ ਹੁੰਦਾ ਹੈ। ਇਸ ਚੀਜ਼ ਨੂੰ ਸਿੱਖ ਕੌਮ ਦੇ ਮਨ ਦੇ ਵਿੱਚੋਂ ਕੱਢਣ ਵਾਸਤੇ ਇਹ ਜਥਾ ਚੱਲਿਆ ਅਤੇ ਅਸੀਂ ਇਹਨਾਂ ਦਾ ਸਨਮਾਨ ਕਰਨ ਵਾਸਤੇ ਆਏ ਹਾਂ। ਅਸੀਂ ਸਾਈਂ ਮੀਆਂ ਮੀਰ ਫਾਊਂਡੇਸ਼ਨ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਾਂ ਅਤੇ ਸਾਡੇ ਜਿਹੜੇ ਪ੍ਰਧਾਨ ਨੇ, ਅੰਤਰਰਾਸ਼ਟਰੀ ਪ੍ਰਧਾਨ ਨੇ ਬਰਾੜ ਸਾਹਿਬ, ਉਹ ਅਮਰੀਕਾ, ਇੰਗਲੈਂਡ, ਕਨੇਡਾ ਸਾਰੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਅਤੇ 10,000 ਦੇ ਲਗਭਗ ਅਸੀਂ 47 ਦੇ ਵਿਛੜੇ ਹੋਏ ਪਰਿਵਾਰਾਂ ਦਾ ਮੇਲ ਕਰਵਾ ਚੁੱਕੇ ਹਾਂ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਇਹ ਸਿਰਫ ਅਤੇ ਸਿਰਫ ਇੱਕ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਕਰਿਆ ਜਾ ਰਿਹਾ, ਇਹ ਪ੍ਰਚਾਰ ਕਰਿਆ ਜਾ ਰਿਹਾ। ਅਸੀਂ ਮੰਗ ਕਰਦੇ ਹਾਂ ਸ਼੍ਰੋਮਣੀ ਕਮੇਟੀ ਕੋਲੋਂ ਅਤੇ ਪੰਜਾਬ ਸਰਕਾਰ ਕੋਲੋਂ ਕਿ ਇਸ ਚੀਜ਼ ਨੂੰ ਕਲੀਅਰ ਕੀਤਾ ਜਾਵੇ, ਅਮਰੀਕਾ ਦੀ ਅੰਬੈਸੀ ਕੋਲੋਂ ਇਸ ਗੱਲ ਦਾ ਬਿਆਨ ਦਵਾਇਆ ਜਾਵੇ ਪ੍ਰੈਸ ਦੇ ਵਿੱਚ ਵੀ ਇਹ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ, ਸਾਰੀ ਤੋਂ ਸਾਰੀ ਝੂਠ ਗੱਲ ਹੈ। ਹਾਲਾਂਕਿ ਦੂਜੇ ਪਾਸੇ ਇਹ ਕੰਮ ਹਿੰਦ ਹਕੂਮਤ ਵੱਲੋਂ ਕਰਿਆ ਜਾ ਰਿਹਾ ਹੈ। ਜਿਹੜੇ ਬੰਦਿਆਂ ਨੇ ਪਿੱਛੇ ਪੰਥ ਦੇ ਨਾਲ ਹਮਦਰਦੀ ਦਿਖਾਈ ਹੈ, ਕੁਛ ਸਿੱਖ ਸੰਘਰਸ਼ ਦੇ ਨਾਲ ਹਮਦਰਦੀ ਪਟਾਈ ਆ, ਜਿਹੜੇ ਬੰਦਿਆਂ ਨੇ ਉਹਨਾਂ ਬੰਦਿਆਂ ਨੂੰ, ਉਹਨਾਂ ਬੰਦਿਆਂ ਦੇ ਪਾਸਪੋਰਟਾਂ ਦੇ ਉੱਤੇ ਬੈਨ ਲਾਇਆ ਗਿਆ ਅਤੇ ਉਸ ਚੀਜ਼ ਦਾ ਮੈਂ ਵੀ ਸ਼ਿਕਾਰ ਹੋਇਆ ਵਾ, ਮੇਰੇ ਵੀ ਪਾਸਪੋਰਟ ਦੇ ਉੱਤੇ ਬੈਨ ਲੱਗਿਆ ਹੋਇਆ। ਪਾਕਿਸਤਾਨ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈ। ਅਤੇ ਬਾਕੀ ਜਿਹੜੀ $20 ਦੀ ਗੱਲ ਕਰੀ ਜਾ ਰਹੀ ਹੈ, ਉਹ ਵੀ ਦੋ, ਇੱਕ ਸੈਂਟਰ ਦੀ ਅਤੇ ਇੱਕ ਪੰਜਾਬ ਦੀ, ਦੋ ਸਰਕਾਰਾਂ ਦੀ ਆਪਣੀ ਮਿਲੀ ਭੁਗਤ ਦੇ ਨਾਲ ਉਹ ਪ੍ਰਚਾਰ ਕਰਿਆ ਜਾ ਰਿਹਾ। ਸਿੱਖ ਕੌਮ ਤਾਂ ਉੱਥੇ $20 ਕੀ, ਉੱਥੇ ਲੱਖਾਂ ਰੁਪਈਆ ਵੀ ਦੇ ਕੇ ਜਾਣ ਨੂੰ ਤਿਆਰ ਹੈ ਅਤੇ ਸਮਾਂ ਹੋ ਗਿਆ, ਟ੍ਰੇਨ ਆ ਗਈ ਹੈ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਅਮਰਜੀਤ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਹੈ। ਪੰਜਾਬੀ ਲੋਕ ਚੈਨਲ ਦੇ ਵੱਲੋਂ ਵੀ ਅਸੀਂ ਅਪੀਲ ਜ਼ਰੂਰ ਕਰਦੇ ਹਾਂ ਕਿ ਇਸ ਗੱਲ ਨੂੰ ਜ਼ਰੂਰ ਕਲੀਅਰ ਕੀਤਾ ਜਾਵੇ ਕਿ ਕੀ ਸੱਚਮੁੱਚ ਪਾਕਿਸਤਾਨ ਜਾਣ ਦੇ ਨਾਲ ਕੋਈ ਨੁਕਸਾਨ ਹੁੰਦਾ ਨੌਜਵਾਨਾਂ ਦਾ, ਔਰ ਇਸ ਅੰਬੈਸੀਆਂ ਤੋਂ ਵੀ ਜਿਹੜਾ ਹੈਗਾ ਇਸ ਦੇ ਬਾਰੇ ਬਿਆਨ ਜ਼ਰੂਰ ਦਿਵਾਉਣਾ ਚਾਹੀਦਾ। ਧਰਮਿੰਦਰ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ ਸਰਹੱਦ।